ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਆਪ ਜੀ ਨਾਲ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਛ ਵੱਖਰਾ ਕਰਨ ਜਾ ਰਹੇ ਹਾਂ। ਯੂਜ਼ਲੀ ਅਸੀਂ ਵਿਦਵਾਨਾਂ ਲਿਆ ਕੇ ਤੁਹਾਡੇ ਨਾਲ ਸਾਂਝ ਕਰਾਉਂਦੇ ਹਾਂ, ਪਰ ਅੱਜ ਕੈਨੇਡੀਅਨ ਬੋਰਨ ਇੱਥੋਂ ਦੇ ਬੱਚਿਆਂ ਨੂੰ ਲਿਆ ਕੇ ਤੁਹਾਡੇ ਨਾਲ ਸਾਂਝ ਕਰਾਉਣ ਲੱਗੇ ਹਾਂ, ਕਿਉਂਕਿ ਸਰੀ ਦੇ ਵਿੱਚ ਜਾਂ ਬੀ ਸੀ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਆਮ ਦੁਨੀਆ ਇਹ ਸੋਚਦੀ ਆ ਕਿ ਬੱਚੇ ਆ ਜਿਹੜੇ ਵਿਗੜੇ ਆ ਅਤੇ ਇਹ ਪੁੱਠੇ ਕੰਮਾਂ 'ਚ ਪਏ ਆ, ਗੋਲੀਆਂ ਚੱਲਦੀਆਂ, ਹੋਰ ਸਾਰਾ ਕੁਛ ਤੁਸੀਂ ਜਾਣਦੇ ਹੋ। ਪਰ ਕੁਛ ਬੱਚੇ ਇਹੋ ਜਿਹੇ ਵੀ ਨੇ ਜਿਹੜੇ ਕੌਮ ਦਾ ਨਾਂ ਉੱਚਾ ਕਰਨ ਲਈ ਚੰਗੇ ਕੰਮਾਂ ਦੇ ਵਿੱਚ ਵੀ ਪਏ ਹੋਏ ਆ। ਸੋ ਅੱਜ ਸਾਡੇ ਨਾਲ ਦੋ ਨੌਜਵਾਨ ਜਿਹੜੇ ਕਿ ਇੱਥੋਂ ਦੇ ਬੋਰਨ ਨੇ, ਇੱਥੋਂ ਦੇ ਐਜੂਕੇਟਡ ਨੇ, ਉਹ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਦਾ ਮਿਸ਼ਨ, ਉਹ ਕੀ ਕਰਨਾ ਚਾਹੁੰਦੇ ਆ ਫਿਊਚਰ 'ਚ, ਕੀ ਕਰਨਾ ਅਤੇ ਹੁਣ ਕੀ ਕਰ ਰਹੇ ਆ। ਸੋ ਮੇਰੇ ਨਾਲ ਚੰਨੀ ਨਤਨਾ ਅਤੇ ਸੱਭੀ ਸਮਰਾ ਦੋ ਨੌਜਵਾਨ ਆਏ ਨੇ ਜੀ। ਇਹਨਾਂ ਨੂੰ ਜਿਹੜੇ ਲੋਕ ਇੰਸਟਾਗ੍ਰਾਮ ਜਾਂ ਸਨੈਪਚੈਟ ਯੂਜ਼ ਕਰਦੇ ਆ, ਉਹ ਇਹਨਾਂ ਦੇ ਨਾਂ ਨੂੰ ਭਲੀ ਭਾਂਤ ਜਾਣਦੇ ਆ। ਇਹਨਾਂ ਦਾ ਜਿਹੜਾ ਗਰੁੱਪ ਆ ਉਹ ਸਿੰਗਸ ਡੂਇੰਗ ਥਿੰਗਸ ਨਾਂ ਦਾ ਗਰੁੱਪ ਆ। ਸੋ ਬਹੁਤੇ ਬੱਚੇ ਇਹਨਾਂ ਨੂੰ ਆਲਰੇਡੀ ਜਾਣਦੇ ਹੋਣਗੇ। ਸੋ ਚੰਨੀ ਐਂਡ ਸੱਭੀ, ਤੁਹਾਡਾ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਮੈਂ ਤੁਹਾਤੋਂ ਸ਼ੁਰੂ ਕਰਾਂ ਜੀ। ਹਾਂਜੀ। ਜਦੋਂ ਅਸੀਂ ਸਰੀ ਦੇ ਜੰਮੇ ਮੁੰਡਿਆਂ ਬਾਰੇ ਗੱਲ ਕਰਦੇ ਹਾਂ, ਹਾਂਜੀ ਹਾਂਜੀ, ਤਾਂ ਉਹਨਾਂ ਨੂੰ ਦੁਨੀਆ ਭਰ 'ਚ ਲੋਕ ਸਮਝਦੇ ਆ ਵੀ ਅਫਗਾਨਿਸਤਾਨ ਆ ਸਰੀ ਇੱਕ, ਅਤੇ ਕੁੜੀਆਂ ਚੱਲਦੀਆਂ ਨੇ ਮੁੰਡੇ ਗੈਂਗਵਾਰ ਡਰੱਗਾਂ ਦੇ ਵਿੱਚ ਜੀ ਵਜ, ਪਰ ਤੁਹਾਡੇ ਵਰਗੇ ਨੌਜਵਾਨ ਵੀ ਹੈਗੇ ਆ। ਹਾਂਜੀ। ਮੈਂ ਤੁਹਾਨੂੰ ਛੋਟੇ ਹੁੰਦਿਆਂ ਤੋਂ ਜਾਣਦਾ, ਸਿੱਖੀ ਨਾਲ ਜੁੜੇ ਹੋਏ ਹੋ। ਹਾਂਜੀ। ਅਤੇ ਨਾਲ ਸੇਵਾ ਦੇ ਪ੍ਰੋਜੈਕਟ 'ਤੇ ਕੰਮ ਕਰਦੇ ਹੋ। ਪਿਛਲੇ ਸਾਲ ਜਿਹੜੀ ਤੁਸੀਂ ਫੂਡ ਡਰਾਈਵ ਕੀਤੀ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਫੂਡ ਐਂਡ ਟੋਏ ਡਰਾਈਵ, ਹਾਂਜੀ, ਪਹਿਲਾਂ ਤਾਂ ਉਹਦੇ ਬਾਰੇ ਦੱਸੋ ਕਿੱਦਾਂ ਦਾ ਰਿਸਪੋਂਸ ਰਿਹਾ ਅਤੇ ਉਹ ਆਈਡੀਆ ਕਿੱਥੋਂ ਆਇਆ ਸੀ? ਠੀਕ ਹੈ ਜੀ। ਸਾਡਾ ਸੀਗਾ ਪਿਛਲੇ ਸਾਲ ਸੀ ਵੀ ਸੰਤਾਂ ਦੇ ਨਾਂ ਦੇ ਉੱਤੇ ਕੁਛ ਕਰਨਾ ਚਾਹੁੰਦੇ ਸੀ, ਸੇਵਾ ਇਕੱਠੇ ਰਲ ਕੇ ਮੁੰਡੇ ਸਾਰੇ। ਤਾਂ ਪਹਿਲਾਂ ਦੱਸਿਆ ਜੇ ਗਰੁੱਪ ਵੱਲੋਂ ਹੀ ਸੀਗਾ ਵੀ ਅਸੀਂ ਜਿਹੜੇ 5-7 ਜਣੇ ਸੀਗੇ, ਜਿਹੜੇ ਵੀ ਅਸੀਂ ਕਿਹਾ ਵੀ ਆਪਾਂ ਇਕੱਠੇ ਹੋ ਕੇ ਇਹੋ ਜਿਹੀ ਕੋਈ ਸੇਵਾ ਕਰੀਏ, ਜੇ ਆਪਾਂ ਨੂੰ 4 ਬੰਦੇ ਸੁਣਦੇ ਆ ਤਾਂ ਆਪਣਾ ਥੋੜ੍ਹਾ ਫਰਜ਼ ਬਣਦਾ ਕਿ ਆਪਾਂ ਕੁਛ ਵਧੀਆ ਲੈ ਕੇ ਆਈਏ ਪਬਲਿਕ ਦੇ ਵਿੱਚ, ਸਰੀ ਦੇ ਵਿੱਚ ਵੀ ਜਿਹੜਾ ਯੂਥ ਆ ਵੀ ਉਹ ਇਹੋ ਜਿਹਾ ਕੁਛ ਵੀ ਕਰਦਾ ਵੀ ਸਿਰਫ ਉਹ ਜਿਹੜੀ ਗੱਲਾਂ ਤੁਸੀਂ ਕੀਤੀਆਂ ਸੀ ਵੀ ਜਿੱਦਾਂ ਉਹ ਕੰਮਾਂ ਕਰਕੇ ਨਹੀਂ ਸਿਰਫ ਜਾਣੀ ਹੈਗਾ, ਹੈ ਨਾ ਜੀ। ਤਾਂ ਅਸੀਂ ਪਿਛਲੇ ਸਾਲ ਫਿਰ ਜਦੋਂ ਇਹ ਆਰੰਭ ਕੀਤੀ ਸੀ ਸੇਵਾ, ਅਸੀਂ 7 ਕੁ ਜਾਣੇ ਸੀਗੇ ਸਾਡੇ ਗਰੁੱਪ ਦੇ ਵਿੱਚ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਸਾਨੂੰ ਇਹ ਸੀ ਵੀ ਆਪਾਂ ਆਪਦੇ ਵੱਲੋਂ ਕਰਨਾ ਪਹਿਲਾਂ, ਬਾਅਦ 'ਚੋਂ ਜਿਹੜਾ ਸੇਵਾ ਪਬਲਿਕ ਵੱਲੋਂ ਜੋ ਰਿਸਪੋਂਸ ਆਊਗੀ ਉਹ ਮਹਾਰਾਜ ਦੇ ਹੱਥ 'ਚ ਆ ਰਹੇ। ਤਾਂ ਫਿਰ ਜਦੋਂ ਸ਼ੁਰੂ ਕੀਤਾ ਸੀ ਅਸੀਂ ਪਹਿਲੇ ਮਹੀਨੇ ਖੰਡ ਵਿੱਚ ਅਸੀਂ ਲੱਗੇ ਰਹੇ ਉਹ ਪ੍ਰਮੋਟ ਕਰਦੇ ਰਹੇ। ਪਿਛਲੇ ਸਾਲ ਵੀ ਤੁਹਾਡੇ ਚੈਨਲ ਨੇ ਸਾਨੂੰ ਮੌਕਾ ਦਿੱਤਾ ਸੀਗਾ ਪ੍ਰਮੋਟ ਕਰਨ ਦਾ, ਬਾਕੀ ਸਾਰੇ ਮੀਡੀਆ ਵਗੈਰਾ ਉਹ ਵੀ ਬਹੁਤ ਹੈਲਪ ਹੋਈ ਸਾਡੀ। ਬਾਕੀ ਜਿਹੜਾ ਸਾਡਾ ਆਪਦਾ ਪਲੇਟਫਾਰਮ ਸੀ ਉਹਦੇ ਵਿੱਚ ਵੀ ਸਾਨੂੰ ਬਹੁਤ ਸਪੋਰਟ ਮਿਲੀ, ਜਿਹੜੇ ਲੋਕ ਸਾਨੂੰ ਸੁਣਦੇ ਪਿਆਰ ਕਰਦੇ ਆ। ਤਾਂ ਉਸ ਦੇ ਵਿੱਚ ਇਹ ਸੀਗਾ ਵੀ ਫੂਡ ਸੀ ਇਕੱਠਾ ਹੋਇਆ ਓਲਮੋਸਟ ਲਗਭਗ 70,000 ਦਾ। ਅੱਛਾ। ਅਤੇ 30,000 ਦੇ ਟੋਇਜ਼ ਇਕੱਠੇ ਹੋਏ ਸੀ, ਅਤੇ ਫੂਡ ਗਿਆ ਸੀਗਾ ਆਪਣੇ ਸਰੀ ਫੂਡ ਬੈਂਕ ਨੂੰ, ਅਤੇ ਟੋਇਜ਼ ਗਿਆ ਸੀ ਬੀ ਸੀ ਚਿਲਡਰਨਸ ਹੋਸਪਿਟਲ। ਆਮ ਤੌਰ 'ਤੇ ਫੂਡ ਡਰਾਈਵ ਹੁੰਦੀ ਆ, ਇਹ ਤੁਸੀਂ ਫੂਡ ਡਰਾਈਵ ਐਂਡ ਟੋਏ ਡਰਾਈਵ, ਇਹ ਟੋਏ ਡਰਾਈਵ ਕਿੱਥੋਂ ਆ ਗਈ? ਟੋਏ ਡਰਾਈਵ ਅਸੀਂ ਤਾਂ ਕੀਤਾ ਕਿਉਂਕਿ ਕ੍ਰਿਸਮਸ ਦਾ ਟਾਈਮ ਚੱਲਦਾ ਆ ਅਤੇ ਸਾਰੇ ਜਵਾਕ ਭਾਵੇਂ ਉਹ ਕ੍ਰਿਸਚਨ ਵੀ ਨਹੀਂ ਹੈਗੇ, ਸਾਰੇ ਲਗਭਗ ਸਾਰੇ ਪਰਿਵਾਰ ਕ੍ਰਿਸਮਸ ਨੂੰ ਮਨਾਉਂਦੇ ਆ, ਅਤੇ ਉਹਨਾਂ ਨੂੰ ਹੁੰਦਾ ਵੀ ਕੋਈ ਟੋਏ ਹੋਵੇ, ਨਵੇਂ ਟੋਏ ਹੋਣ, ਅਤੇ ਖਾਣਾ ਤਾਂ ਚਲੋ ਨੈਸੈਸਰੀ ਚੀਜ਼ ਆ ਜਿਹੜਾ ਨੀਡ ਆ, ਅਤੇ ਟੋਏ ਜਵਾਕਾਂ ਦੇ ਤਾਂ ਵੀ ਮਨ 'ਚ ਹੁੰਦੀ ਇੱਛਾ ਵੀ ਸਾਨੂੰ ਕੋਈ ਟੋਏ ਮਿਲ ਜਾਵੇ, ਮਤਲਬ ਉਹਦੇ ਕਰਕੇ ਸੀਗਾ ਵੀ ਨਾਲ ਦੀ ਨਾਲ ਹੁਣ ਟੋਏ ਵੀ ਇਕੱਠੇ ਕਰੀਏ। ਜਦੋਂ ਹੁਣ ਤੁਸੀਂ ਨਾਂ ਰੱਖਿਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਫੂਡ ਐਂਡ ਟੋਏ ਡਰਾਈਵ, ਹਾਂਜੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬਹੁਤੇ ਲੋਕ ਖੜਕੂ ਬਾਬਾ ਸਮਝਦੇ ਆ। ਹਾਂਜੀ। ਉਹ ਜਦੋਂ ਉਹਨਾਂ ਦਾ ਨਾਂ ਆਉਂਦਾ ਤਾਂ ਉਹਨਾਂ ਦਾ ਪਿਸਟਲ ਅਤੇ ਤੀਰ ਅਤੇ ਪਿੱਛੇ ਗੰਨਾਂ ਵਾਲੇ ਲੋਕ, ਪਰ ਤੁਹਾਡਾ ਜਿਹੜਾ ਕੰਮ ਇਹ ਬਿਲਕੁਲ ਉਹਨਾਂ ਦੀ ਪਰਸਨੈਲਿਟੀ ਨਾਲੋਂ ਸਾਨੂੰ ਵੱਖਰਾ ਲੱਗਦਾ ਦੇਖਣ, ਇਹ ਕਿੱਦਾਂ ਤੁਸੀਂ ਜੋੜਿਆ ਨਾਲ? ਇਹ ਸੀ ਸਾਨੂੰ ਇਹ ਸੀਗਾ ਵੀ ਉਹ ਇੱਕ ਨੌਜਵਾਨਾਂ ਲਈ ਇੱਕ ਵੀ ਆਈਡਲ ਆ, ਇੱਕ ਆਈਕੋਨ ਆ, ਇੱਕ ਜੇ ਆਪਾਂ ਮੰਨੀਏ ਜਾਂ ਨਾ ਮੰਨੀਏ ਉਹ ਇੱਕ ਫਿਗਰ ਆ ਆਪਣੇ ਸਿੱਖ ਕੌਮ ਦੇ ਵਿੱਚ, ਰਾਈਟ। ਸੋ ਸਾਨੂੰ ਇਹ ਸੀਗਾ ਵੀ ਉਹਨਾਂ ਦੇ ਕਈ ਲੈਵਲਾਂ 'ਤੇ ਮਿਸ਼ਨ ਸੀ ਜਿਹੜੇ ਹਿਊਮੈਨੀਟੇਰੀਅਨ ਲੈਵਲ 'ਤੇ ਵੀ ਸੀ, ਜਿਹੜਾ ਆਪਾਂ ਨੂੰ ਕਈਆਂ ਨੂੰ ਪਤਾ ਹੈ ਵੀ ਉਹਨਾਂ ਨੇ ਕਿਸ ਤਰ੍ਹਾਂ ਗਰੀਬਾਂ ਦੀ ਮਦਦ ਵੀ ਕੀਤੀ, ਹਿਊਮਨ ਰਾਈਟਸ ਵੀ ਉਹ ਸੀਗਾ ਐਕਟੀਵਿਸਟ, ਰਾਈਟ। ਸੋ ਅਸੀਂ ਉਸ ਪੱਖੋਂ ਦੇਖਿਆ ਕਿ ਜੇ ਮੀਡੀਆ ਨੇ ਉਹਨੂੰ ਉਸ ਤਰ੍ਹਾਂ ਪੋਰਟਰੇ ਕੀਤਾ ਅਤੇ ਡੀਮੋਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਆਪਾਂ ਉਸ ਤਰ੍ਹਾਂ ਸੰਤਾਂ ਦਾ ਨਾਂ ਹੋਰ ਵੀ ਉੱਪਰ ਨੂੰ ਬਾਹਰ ਲੈ ਕੇ ਆਈਏ ਵੀ ਉਹ ਮਦਦ ਵੀ ਕਰਦੇ ਰਹੇ ਸੀ ਹਿਊਮੈਨੀਟੇਰੀਅਨ ਲੈਵਲ 'ਤੇ ਵੀ, ਅਤੇ ਉਹਨਾਂ ਦੀ ਯਾਦ ਦੇ ਵਿੱਚ ਇਹੋ ਜਿਹੀ ਸੇਵਾ ਹੋਵੇ ਕਿਉਂਕਿ ਉਹਨਾਂ ਨੇ ਵੀ ਆਪਦੇ ਟਾਈਮ ਵਿੱਚ ਕਾਫੀ ਪਰਿਵਾਰਾਂ ਦੀ ਮਦਦ ਕੀਤੀ। ਕਿੰਨਾ ਕੁਛ ਜਾਣਦੇ ਹੋ ਸੰਤ ਜਰਨੈਲ ਸਿੰਘ ਬਾਰੇ ਤੁਸੀਂ ਤਾਂ ਉਦੋਂ ਹਲੇ ਜੰਮੇ ਵੀ ਨਹੀਂ ਸੀਗੇ ਮੈਨੂੰ ਲੱਗਦਾ ਜਦੋਂ ਇਹ ਗੱਲ ਹੈਗੀ। ਆਪਾਂ ਜਿੰਨਾ ਕੁਛ ਵੀ ਜਾਣਦੇ ਹਾਂ ਉਹਨਾਂ ਦੇ ਸਪੀਚਾਂ ਰਾਹੀਂ
ਜਾਂ ਕਈ ਬੁੱਕਸ ਰਾਹੀਂ ਜਾਂ ਹਿਸਟਰੀ ਢਾਡੀ ਵਾਰ ਕਥਾ ਵਿੱਚ ਜੋ ਕੁਛ ਵੀ ਸੁਣਿਆ ਉੱਥੋਂ ਹੀ ਜਾਣਕਾਰੀ ਲਈ। ਸਾਡਾ ਜਨਮ ਤਾਂ ਦੋਨਾਂ ਦਾ ਡੈਡੀ ਮਨ ਦਾ ਸੀ। ਸੋ ਹੁਣ ਇਸ ਸਾਲ ਫਿਰ ਤੁਸੀਂ ਫੂਡ ਡਰਾਈਵ ਜਿਹੜੀ ਆ ਰਿਪੀਟ ਕਰ ਰਹੇ ਹੋ, ਯੂਜ਼ਲੀ ਕੀ ਹੁੰਦਾ ਇੱਕ ਵਾਰੀ ਬੰਦਾ ਕਰਦੇ ਆ ਉਹ ਉਸ ਐਕਸਪੀਰੀਅੰਸ ਤੋਂ, ਕਿਉਂਕਿ ਬੜਾ ਕੰਮ ਹੁੰਦਾ। ਪਰ ਪਿਛਲੇ ਸਾਲ ਜਦੋਂ ਤੁਹਾਡੀ ਫੂਡ ਡਰਾਈਵ ਸੀ ਮੈਂ ਉੱਥੇ ਗਿਆ, ਮੈਂ ਦੇਖਿਆ ਕਿ ਇੰਨੇ ਕੁ ਵਲੰਟੀਅਰ, ਅਸੀਂ ਕਈ ਵਾਰੀ ਇਹੋ ਜਿਹੇ ਕੰਮ ਆਪ ਕੀਤੇ ਆ ਹੈ ਨਾ, 10-20 ਵਲੰਟੀਅਰ ਮਸੀਂ ਹੁੰਦੇ ਆ, ਤੁਹਾਡੇ ਕੋਲ ਸੈਂਕੜਿਆਂ ਦੀ ਗਿਣਤੀ ਵਿੱਚ ਮੁੰਡੇ ਕੁੜੀਆਂ ਕੰਮ ਕਰ ਰਹੇ ਸੀਗੇ ਜਿਹੜੇ ਕੋਈ ਲੋਡ ਕਰ ਰਹੇ ਆ ਟਰੱਕਾਂ ਦੇ ਵਿੱਚ ਸਮਾਨ ਆ ਰਿਹਾ, ਕਿਵੇਂ ਪੋਸੀਬਲ ਹੋ ਜਾਂਦਾ ਸਾਰਾ ਕੁਛ? ਆਈ ਥਿੰਕ ਜਿਹੜੀ ਯੂਥ ਆ ਉਹ ਇੱਕ ਜਿਹੜੀ ਇੰਗੇਜ ਹੋਈ ਆ ਉਹਨਾਂ ਨੂੰ ਇੱਕ ਇਹ ਹੁੰਦਾ ਨਾ ਵੀ ਆਪਾਂ ਕਹੀ ਤਾਂ ਵੀ ਜੇ ਕਿਸੇ ਯੂਥ ਨੂੰ ਕਹਿ ਦਿਉ ਵੀ ਤੂੰ ਗੁਰਦੁਆਰੇ ਜਾ ਕੇ ਸੇਵਾ ਕਰਿਆ, ਉਹ ਜ਼ਿਆਦਾ ਤੌਰ 'ਤੇ ਉਹ ਇੱਥੇ ਦੀ ਯੂਥ ਆਈ ਥਿੰਕ ਜਿਹੜਾ ਅਸੀਂ ਐਕਸਪੀਰੀਅੰਸ ਕੀਤਾ ਆਪ ਵੀ ਜਿਹੜਾ ਅਸੀਂ ਐਕਸਪੀਰੀਅੰਸ ਕੀਤਾ ਉਹ ਲਾਈਕ ਕਰਦੇ ਵੀ ਹੱਥੀਂ ਕੁਛ ਕਰੀਏ ਪਲੇਟ, ਜਿੱਦਾਂ ਪ੍ਰੈਕਟੀਕਲ ਹੋਵੇ ਹੈ ਨਾ ਵੀ ਜਿਵੇਂ ਉੱਥੇ ਜਾ ਕੇ ਉੱਥੇ ਆਉਣਾ, ਇਨਵੋਲਵ ਹੋਣਾ, ਇੱਕ ਸਾਰੇ ਯੂਥ ਆ ਉਹ ਵੀ ਇੱਕ ਦੂਜੇ ਨਾਲ ਰਲ ਮਿਲ ਜਾਂਦੇ ਨੇ ਰਾਈਟ, ਸੋ ਉਹਨਾਂ ਦੀ ਇੰਗੇਜ ਹੋਣ ਲਈ ਬਹੁਤ ਵਧੀਆ ਸੀਗਾ। ਐਤਕੀ ਵੀ ਆਲਰੇਡੀ ਆਪਣੇ ਆਲਮੋਸਟ 150 ਵਾਲੰਟੀਅਰ ਸਾਈਨ ਅਪ ਹੋਏ ਆ ਇਵੈਂਟ ਤੋਂ ਵੀ ਪਹਿਲਾਂ ਰਾਈਟ, ਅਤੇ ਇੱਕ ਉਹ ਵੀ ਵਹਿਮ ਸੀਗਾ ਜਿਹੜਾ ਆਪਾਂ ਨੂੰ ਪਹਿਲਾਂ ਪਿਛਲੇ ਸਾਲ ਪਹਿਲਾਂ ਇਹਨਾਂ ਨੂੰ ਪਤਾ ਵੀ ਡਰ ਸੀ ਸਾਨੂੰ ਵੀ ਲੋਕ ਸਾਨੂੰ ਕਹਿੰਦੇ ਸੀ ਕਿ ਤੁਸੀਂ ਕਿਹਨਾਂ ਦੇ ਨਾਂ 'ਤੇ ਰੱਖ ਲਿਆ ਵੀ ਤੁਹਾਡੇ ਨਾਲ ਬੰਦੇ ਨਹੀਂ ਜੁੜਨੇ ਕੋਈ ਨਾਲ ਨਹੀਂ ਤੁਰਨਾ, ਪਰ ਆਪਣਾ ਜਿਹੜਾ ਫੂਡ ਡਰਾਈਵ ਸੀ ਪਿਛਲੇ ਸਾਲ ਸੰਤਾਂ ਦੀ ਯਾਦ ਦੇ ਵਿੱਚ ਸੀਗਾ ਅਤੇ ਉਹਦੇ ਵਿੱਚ ਸਰੀ ਦੇ ਵਿੱਚ ਸਭ ਤੋਂ ਵੱਡਾ ਉਹ ਫੂਡ ਡਰਾਈਵ ਹੋਇਆ। ਅੱਛਾ ਹੁਣ ਜਿਹੜਾ ਐਸਾ ਰੱਖਿਆ ਕਦੋਂ ਆ ਅਤੇ ਕਿੱਥੇ ਆਏ? ਇਹ ਹੈਗਾ ਜੀ ਦਸੰਬਰ 10 ਤਰੀਕ ਨੂੰ ਬਾਲੀਵੁੱਡ ਬੈਂਕਟ ਹਾਲ ਦੇ ਵਿੱਚ 11-5 ਵਜੇ ਤੱਕ ਪਾਇਲ ਬਿਜਨਸ ਸੈਂਟਰ। ਹਾਂਜੀ ਹਾਂਜੀ। ਅਤੇ ਉੱਥੇ ਕੀ ਕੀ ਹੋਣ ਜਾ ਰਿਹਾ? ਉੱਥੇ ਜੀ ਪਰਫੋਰਮੈਂਸਿਸ ਹੋਣਗੀਆਂ, ਜਿਹੜੇ ਲੋਕਲ ਸਿੰਗਰ ਆ ਉਹ ਧਾਰਮਿਕ ਗੀਤ ਬੁਲਾਰੇ ਨੇ ਯੂਥ ਬੁਲਾਰੇ ਇਸ ਸਾਲ ਇਸ ਫੂਡ ਡਰਾਈਵ ਨੂੰ ਔਰਗੇਨਾਈਜ਼ ਕਰਨ ਲਈ ਕਿੰਨਾ ਖਰਚਾ ਆ ਜਾਂਦਾ ਫਿਰ ਤੁਹਾਡਾ? ਇਹਦਾ ਜੀ ਖਰਚਾ ਇੱਦਾਂ ਹੁੰਦਾ ਵੀ ਇੱਕ ਤਾਂ ਜਿਹੜੀ ਲੋਕੇਸ਼ਨ ਹੁੰਦੀ ਉਹ ਵੀ ਉਹਨਾਂ ਨੇ ਸੇਵਾ ਵਿੱਚੋਂ ਹੀ ਦਿੱਤੀ ਪਿਛਲੇ ਸਾਲ ਬਾਲੀਵੁੱਡ ਬੈਂਕਟ ਹਾਲ ਨੇ। ਅੱਛਾ ਜੀ। ਐਤਕੀ ਵੀ ਉਹਨਾਂ ਨੇ ਸੇਵਾ ਵਿੱਚੋਂ ਹੀ ਕੀਤਾ। ਕੋਈ ਪੈਸਾ ਨਹੀਂ ਲੈਂਦੇ? ਨੋ। ਅੱਛਾ। ਸੋ ਜਿਹੜੀ ਜ਼ਿਆਦਾ ਤੌਰ 'ਤੇ ਜਿਹੜੀ ਇਹਦੇ ਖਰਚਾ ਹੁੰਦਾ ਹੋਰ ਤਾਂ ਜ਼ਿਆਦਾ ਪ੍ਰਮੋਸ਼ਨ ਬੈਲਬੋਰਡ ਵਗੈਰਾ ਅਤੇ ਕਮਰਸ਼ੀਅਲ, ਪਰ ਕਈ ਜਿਹਦੇ ਹੁਣ ਮੀਡੀਆ ਸਹਿਯੋਗ ਹੈ ਜਿਵੇਂ ਪ੍ਰਾਈਮ ਜਾਂ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ, ਸੇਵਾ ਵਿੱਚੋਂ ਹੀ ਬਹੁਤ ਭਾਵਨਾ ਆ ਜਾਂਦੀ ਹੈ ਹੈ ਨਾ, ਫਿਰ ਉਹਦੇ ਕਰਕੇ ਸਾਡਾ ਕੋਸਟ ਬਹੁਤ ਕਵਰ ਹੋ ਜਾਂਦਾ। ਪਰ ਜਿਹਦਾ ਜ਼ਿਆਦਾ ਤੌਰ 'ਤੇ ਅਸੀਂ ਇਹ ਵੀ ਕਹੀਦਾ ਵੀ ਸਾਨੂੰ ਕੈਸ਼ ਨਾ ਦਿਓ, ਉੱਥੇ ਲਿਆ ਕੇ ਜੋ ਕੁਛ ਲਿਆਉਣਾ ਫੂਡ ਲਿਆਇਓ ਜਾਂ ਟੋਇਜ਼ ਲਿਆਇਓ। ਤੁਸੀਂ ਕਹਿੰਦੇ ਕੈਸ਼ ਨਾ ਦਿਓ? ਅਸੀਂ ਜ਼ਿਆਦਾ ਤੌਰ 'ਤੇ ਇਹੀ ਕਹੀਦਾ ਯਾਰ, ਪਰ ਜੇ ਕਿਸੇ ਨੇ ਮਦਦ ਕਰਨੀ ਆ ਹੁਣ ਅਸੀਂ ਕਹੀਦਾ ਜੇ ਕੈਸ਼ ਦੇਣਾ ਆ ਤਾਂ ਫਿਰ ਅਸੀਂ ਇਕੱਠਾ ਕਰਕੇ ਉਹਨੂੰ, ਜਿਵੇਂ ਹੁਣ ਸੇਵਨ ਫੂਡ ਆ ਜਿਹੜਾ ਸਟੋਰ ਆ ਇੱਥੇ, ਉਹਨਾਂ ਨਾਲ ਸਾਡਾ ਡੀਲ ਆ ਵੀ ਜੇ ਆਪਾਂ ਉਹਨਾਂ ਨੂੰ ਅਸੀਂ ਇੱਕ ਕੋਂਟਰੈਕਟ ਸੀਗਾ ਸਾਡਾ ਵੀ ਜੇ ਆਪਾਂ ਉਹਨੂੰ $7,000 ਦਿੰਦੇ ਹਾਂ ਤਾਂ ਆਪਾਂ ਨੂੰ ਆਲਮੋਸਟ 9500 ਦਾ ਸਮਾਨ ਦੇ ਦਿੰਦੇ ਆ ਆਪਾਂ ਨੂੰ। ਓਹਦੇ ਵਿਚੋਂ ਮੋਸਟਲੀ 90% ਆਪ ਸਾਨੂੰ ਰੀਚ ਕੀਤਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਸ ਸਾਲ ਤੁਹਾਡੀ ਹੈਲਪ ਕਰਨੀ ਚਾਹੁੰਦੇ ਹਾਂ ਵੀ ਅਸੀਂ ਦੇਖਿਆ ਪਿਛਲੇ ਸਾਲ ਤੁਹਾਡਾ ਬਹੁਤ ਵਧੀਆ ਕੰਮ ਹੋਇਆ ਇਹ, ਸੋ ਕਹਿੰਦੇ ਵੀ ਇਸ ਸਾਲ ਅਸੀਂ ਵੀ ਹਿੱਸਾ ਬਣਨਾ ਚਾਹੁੰਦੇ ਹਾਂ ਵੀ ਸਾਨੂੰ ਪਾਰਟਨਰ ਬਣਾਓ ਇਹਦੇ ਵਿੱਚ ਫੂਡ ਡਰਾਈਵ ਦੇ। ਹੋਰ ਲੋਕਾਂ ਤੋਂ ਕਿਹੋ ਜਿਹੇ ਸਹਿਯੋਗ ਦੀ ਮੰਗ ਕਰਦੇ ਹੋ ਤੁਸੀਂ ਫੂਡ ਡਰਾਈਵ ਵਾਲੇ ਦਿਨ ਉੱਥੇ ਕੀ ਲੈ ਕੇ ਆਉਣ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਜ਼ਰੂਰੀ ਸਮਝੇ? ਜਿਹੜਾ ਇੱਕ ਫੂਡ ਦੇ ਵਾਸਤੇ ਉਹ ਜ਼ਿਆਦਾ ਚਾਹੁੰਦੇ ਵੀ ਨੋਨ ਪੇਰਿਸ਼ੇਬਲ ਆਈਟਮਾਂ ਹੋਣ, ਉਹਦਾ ਮਤਲਬ ਕਿ ਕੈਂਡ ਗੁੱਡਸ ਹੋਵੇ, ਕੁਛ ਇਹੋ ਨਾ ਹੋਵੇ ਜੇ ਐਕਸਪਾਇਰ ਹੋ ਜਾਵੇ ਛੇਤੀ, ਜਿਵੇਂ ਦੁੱਧ ਹੁੰਦਾ ਜਾਂ ਬ੍ਰੈਡ ਹੁੰਦੇ ਰਹੇ, ਇਹ ਕੈਂਡ ਆਈਟਮਾਂ ਜਿਵੇਂ ਡਰਾਈ ਫੂਡ ਹੁੰਦੇ, ਰੋ ਹੁੰਦੇ, ਬੀਨਸ, ਪਾਸਟਾ, ਸੁੱਕਾ ਖਾਣਾ ਜਿੱਦਾਂ ਹੁੰਦਾ ਜ਼ਿਆਦਾ, ਜਦੋਂ ਬੱਚਿਆਂ ਦਾ ਫੂਡ ਜਾਂ ਬੱਚਿਆਂ ਦਾ ਫੂਡ, ਬੇਬੀ ਫੂਡ, ਫੋਰਮੂਲਾ ਜਾਂ ਡਾਈਪਰ ਵਗੈਰਾ, ਉਹਨਾਂ ਦੀ ਵੀ ਬਹੁਤ ਲੋੜ ਆ। ਤੇ ਟੋਇਜ਼ ਦੇ ਵਿੱਚ ਇਹ ਚਾਹੁੰਦੇ ਆ ਵੀ ਉਹ ਰੈਪਡ ਹੋਣ, ਵੀ ਨਵੇਂ ਹੋਣ ਟੋਇਜ਼, ਕਿਉਂਕਿ ਹਸਪੀਟਲ ਦਾ ਰੂਲ ਆ ਉਹ ਵੀ ਪੁਰਾਣੇ ਕਿਸੇ ਦੇ ਯੂਜ਼ ਘਰੋਂ ਪਏ ਟੋਏ ਨਾ ਚੱਕ ਲਈਏ, ਹਾਂਜੀ ਹਾਂਜੀ, ਨਵੇਂ ਟੋਏ ਚਾਹੀਦੇ ਆ। ਤੇ ਹੋਰ ਕਿਹੜੀਆਂ ਆਈਟਮਾਂ ਨੇ ਉਹ ਤੋਂ ਬਿਨਾ? ਉਸ ਤੋਂ ਵਗੈਰਾ ਵੀ ਜ਼ਿਆਦਾ ਤੌਰ 'ਤੇ ਜਿਹੜਾ ਫੂਡ ਆ ਉਹ ਡਰਾਈ ਚਾਹੁੰਦੇ ਆ, ਸਮਾਂ ਹੋ ਗਿਆ ਜੇ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਲੜੀ ਨੂੰ ਅੱਗੇ ਚਲਾਉਂਦੇ।
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਗੱਲਬਾਤ ਲੜੀ ਨੂੰ ਅੱਗੇ ਚਲਾਉਂਦੇ ਹਾਂ ਅਸੀਂ। ਚੰਨੀ, ਮੈਂ ਨਾ ਤੁਹਾਡੀ ਜਿਹੜਾ ਯੂਟਿਊਬ ਚੈਨਲ ਆ ਸਿੰਗਸ ਡੂਇੰਗ ਥਿੰਗਸ, ਹੈ ਨਾ, ਮੈਨੂੰ ਦੇਖਦਾ ਸੀ ਉੱਤੇ ਕਈ ਧਾਰਮਿਕ ਗੱਲਾਂ ਵੀ ਹੁੰਦੀਆਂ, ਪਰ ਉਹਦੇ ਨਾਲ ਨਾਲ ਮੈਨੂੰ ਲੱਗਦਾ ਤੁਸੀਂ ਤਾਂ ਕਾਮੇਡੀਆਂ ਨੂੰ, ਤੁਸੀਂ ਤਾਂ ਹਾਸੇ ਠੱਠੇ ਵਾਲੇ ਬੰਦੇ ਹੋ ਅਤੇ ਇਹ ਕੰਮ ਤੁਸੀਂ ਸੀਰੀਅਸ ਕਰ ਰਹੇ ਹੋ। ਹੁਣ ਤੁਹਾਡੀਆਂ ਜਿਹੜੀਆਂ ਪਹਿਲੀਆਂ ਵੀਡੀਓ ਕਿਹੜੀਆਂ ਸੀਗੀਆਂ, ਕਿਉਂਕਿ ਬਹੁਤ ਪਾਪੂਲਰ ਹੋ ਗਏ ਤੁਸੀਂ, ਕਿੰਨੇ ਕੁ ਵਿਊ ਹੋ ਜਾਂਦੇ? ਆਪਣੇ ਵਿਊ ਆਲਮੋਸਟ ਹੁਣ ਚੈਨਲ 'ਤੇ ਲਗਭਗ ਜਿਹੜੇ ਟੋਟਲ ਵਿਊ ਆਲਮੋਸਟ 2 ਮਿਲੀਅਨ ਹੋ ਗਏ ਆ ਯੂਟਿਊਬ ਵਾਲੇ ਚੈਨਲ 'ਤੇ। ਅੱਛਾ। ਜਾਂ ਜਿਹੜੇ ਟੋਟਲ ਵਿਊਜ਼ ਨੇ, ਤਾਂ ਉਹ ਆਪਣਾ ਫਿਰ ਸ਼ੁਰੂ ਕੀਤਾ ਸੀ ਕੰਮ ਵਲੋਗਿੰਗ ਤੋਂ। ਵਲੋਗਿੰਗ ਹੁੰਦਾ ਵੀ ਜਿਵੇਂ ਤੁਹਾਡਾ ਦਿਨ ਤੋਂ ਦਿਨ ਕੀ ਕੰਮ ਕਰਦੇ ਆ ਫਰਿੰਡਾਂ ਦਾ, ਕਿੱਥੇ ਕਿੱਥੇ ਜਾਂਦੇ ਆ, ਜਾਂ ਉਹ ਕੈਮਰੇ 'ਤੇ ਕੈਪਚਰ ਕਰ ਲੈਂਦੇ ਆ। ਠੀਕ ਹੈ। ਜਾਂ ਤਾਂ ਹੁਣ ਮੈਂ ਤੁਹਾਡੀ ਪਹਿਲੀ ਵੀਡੀਓ ਦੇਖੀ ਸੀਗੀ, ਇੱਕ ਕਾਫੀ ਚਿਰ ਹੋਇਆ, ਉਸ ਵੀ ਗੁਰਦੁਆਰੇ ਦੇ ਵਿੱਚ ਲੜਾਈ ਹੋ ਰਹੀ ਹੈ, ਹੈ ਨਾ, ਉਹਦੀ ਬੜੀ ਕੰਟਰੋਵਰਸੀ ਵੀ ਹੋਈ, ਤੁਸੀਂ ਕਿਹੜੀਆਂ ਚੀਜ਼ਾਂ ਪ੍ਰਮੋਟ ਕਰ ਰਹੇ ਹੋ? ਮਤਲਬ ਤੁਹਾਨੂੰ ਗੁਰਦੁਆਰੇ ਨਹੀਂ ਹੁੰਦੀਆਂ, ਲੜਾਈਆਂ ਚੰਗੀਆਂ ਲੱਗਦੀਆਂ ਜਾਂ ਬਹੁਤ ਇੰਜੋਏ ਕਰਦੇ? ਨਹੀਂ ਨਹੀਂ, ਅਸੀਂ ਉਹ ਬਣਾਈ ਸੀ ਅਵੇਅਰਨੈਸ ਕ੍ਰੀਏਟ ਕਰਨ ਨੂੰ ਵੀ ਜਿਹੜਾ ਯੂਥ ਆ ਉਹ ਵੀ ਨਹੀਂ ਇਸ ਗੱਲ ਤੋਂ ਖੁਸ਼ ਵੀ ਗੁਰਦੁਆਰੇ ਵਿੱਚ ਹੀ ਲੜਾਈਆਂ ਹੁੰਦੀਆਂ, ਰਾਈਟ, ਕਰਕੇ ਜਿਹੜੀ ਪ੍ਰੋਮੀਨੈਂਟ ਮੀਡੀਆ ਹੁੰਦਾ ਉਹ ਇਸ ਤਰ੍ਹਾਂ ਕਹਿੰਦੇ ਹੁੰਦੇ ਵੀ ਜਿਹੜੇ ਬਾਹਰ ਲੜਾਈਆਂ ਹੁੰਦੀਆਂ ਯੂਥ ਦੇ ਵਿੱਚ, ਗੈਂਗ ਵਾਇਲੈਂਸ ਵਗੈਰਾ, ਰਾਈਟ, ਪਰ ਆਪੇ ਉਹ ਦੇਖਦੇ ਹੁੰਦੇ ਵੀ ਕਿੱਥੇ ਸਭ ਤੋਂ ਸੁੱਚੀ ਜਗ੍ਹਾ, ਕਿੱਥੇ ਵੀ ਇਹੋ ਜਿਹਾ ਕੁਛ ਨਹੀਂ ਹੋਣਾ ਚਾਹੀਦਾ, ਉੱਥੇ ਵੀ ਇਹੋ ਜਿਹਾ ਕੁਛ ਹੋ ਰਿਹਾ, ਤਾਂ ਜ਼ਿਆਦਾ ਪਾਪੂਲਰ ਹੋ ਗਿਆ ਹੁਣ ਯੂਟਿਊਬ ਦੇ ਉੱਤੇ ਵੀ ਗੁਰਦੁਆਰੇ ਦੀਆਂ ਫਾਈਟਾਂ ਕਿਸ ਤਰ੍ਹਾਂ ਵੱਧ ਰਹੀਆਂ, ਕਿੱਦਾਂ ਵਾਇਰਲ ਹੁੰਦੀਆਂ, ਤਾਂ ਅਸੀਂ ਉਹਦੇ ਉੱਤੇ ਇੱਕ ਵੀਡੀਓ ਬਣਾਈ ਸੀ ਵੀ ਕਿਵੇਂ ਦੋ ਪ੍ਰਧਾਨਾਂ ਦੇ ਚੱਕਰ ਦੇ ਵਿੱਚ ਵੀ ਦੋ ਕਮੇਟੀਆਂ ਹੀ ਲੜ ਪੈਂਦੀਆਂ, ਉਹ ਵੀ ਦਰਬਾਰ ਅੰਦਰ ਜਾਂ ਲੰਗਰ ਹਾਲ ਅੰਦਰ, ਰਾਈਟ, ਉਹ ਚੀਜ਼ ਸੀ ਅਵੇਅਰਨੈਸ ਕ੍ਰੀਏਟ ਕਰਨ ਨੂੰ ਵੀ ਇਹ ਕਿਸ ਤਰ੍ਹਾਂ ਇਹ ਲੱਗਦੇ ਨੇ, ਫਿਰ ਜਿੱਦਾਂ ਦੇ ਲੋਕ ਉਹ ਦੇਖਦੇ ਆ ਜਿਹੋ ਜਿਹੇ ਇੱਕ ਮੱਝ ਇਨਵੋਲਵ ਆ, ਉਹ ਥੋੜ੍ਹੇ ਆਈ ਥਿੰਕ ਲਾਈਕ ਅਸ਼ੇਮਡ ਫੀਲ ਕਰਦੇ ਆ, ਰਾਈਟ। ਅਤੇ ਉਹ ਤੋਂ ਬਾਅਦ ਇੱਕ ਵੀਡੀਓ ਤੁਹਾਡੀ ਆਈ ਸੀਗੀ ਸੇਵਾ ਬਾਰੇ, ਹੁਣ ਸੇਵਾ ਤੁਸੀਂ ਆਪ ਵੀ ਕਰ ਰਹੇ ਹੋ, ਵਲੰਟੀਅਰ ਆਹ ਕੰਮ ਕਰਨਾ ਸੇਵਾ ਦਾ, ਅਤੇ ਉਹਦੇ ਵਿੱਚ ਤੁਸੀਂ ਸੇਵਾਦਾਰ ਜਿਹੜੇ ਨਗਰ ਕੀਰਤਨ 'ਤੇ ਰਿਫਲੈਕਟਿੰਗ ਵੈਸਟਾਂ ਪਾ ਕੇ ਜਾਂਦੇ ਹਨ, ਅਤੇ ਬੜੀ ਉਹ ਕੌਮਿਕ ਵੇ ਦੇ ਵਿੱਚ ਸੀ, ਪਰ ਸਿੱਖਣ ਵਾਲਾ ਵੀ ਬਹੁਤ ਕੁਛ ਸੀਗਾ ਉਹਦੇ ਵਿੱਚ, ਤਾਂ ਇਹ ਕਿੱਥੋਂ ਆਈਡੀਆ ਹੁੰਦੇ ਆ? ਉਹ ਸਕ੍ਰਿਪਟ ਮੈਂ ਤਾਂ ਸਭ ਨੇ ਇਕੱਠਿਆਂ ਨੇ ਲਿਖਿਆ ਸੀਗਾ, ਉਹ ਨਗਰ ਕੀਰਤਨਾ 'ਤੇ ਵੀਡੀਓ ਸੀ। ਹਾਂਜੀ, ਨਗਰ ਕੀਰਤਨ 'ਤੇ ਉਹ ਸੀਗਾ ਵੀ ਜਿਹੜੇ ਸੇਵਾਦਾਰ ਉੱਦਣ ਨਗਰ ਕੀਰਤਨਾ ਦਿਨ ਕੇਸਰੀ ਪੱਗ ਬੰਨ੍ਹ ਕੇ ਸੇਫਟੀ ਵੈਸਟ ਪਾ ਕੇ ਅਤੇ ਬਸ ਉੱਦਾਂ ਹੀ ਵਾਕੀ ਟਾਕੀ 'ਤੇ ਸਾਰਾ ਦਿਨ ਲੱਗੇ ਰਹਿੰਦੇ ਆ ਵੀ ਇੱਧਰੋਂ ਆ ਜਾਓ, ਇੱਧਰੋਂ ਕਰ ਦਿਉ ਕੰਮ, ਉਹਨਾਂ ਨੇ ਕੁਛ ਨਹੀਂ ਕਰਨਾ ਵੀ ਉੱਦਾਂ ਹੀ ਦਿਖਾਉਣਾ ਵੀ ਅਸੀਂ ਸੇਵਾਦਾਰ ਸਾਡੇ ਕੰਟਰੋਲ 'ਚ ਆ, ਉਹ ਸਟਾਫ ਦੇ ਨਾਲ ਸੀ, ਕਿਉਂਕਿ ਆਪਾਂ ਦੇਖਿਆ ਹੀ ਨਗਰ ਕੀਰਤਨ 'ਤੇ ਵੀ ਜੇ ਉਹ ਸੇਵਾ ਕਰਦੇ ਹੁੰਦੇ ਤਾਂ ਆਹ ਕੁਛ ਹੋਣਾ ਵੀ ਨਹੀਂ ਸੀ ਜਿਹੜਾ ਨਗਰ ਕੀਰਤਨ 'ਤੇ ਹੁੰਦਾ, ਜੇ ਉਹ ਆਪਦਾ ਸੇਵਾ ਜਿਵੇਂ ਉਹ ਕਰਨੀ ਚਾਹੀਦੀ ਆ, ਕਿਉਂਕਿ ਜਿਹੜੇ ਅਸਲੀ ਸੇਵਾਦਾਰ ਨੇ ਉਹ ਤਾਂ ਬਿਹਾਇੰਡ ਦਾ ਸੀਨਸ ਆਪਦੀ ਸੇਵਾ ਨਗਰ ਕੀਰਤਨ ਤੋਂ ਬਾਅਦ ਜਾ ਕੇ ਜਿਹੜੇ ਗਾਰ ਵਿੱਚ ਚੱਕਦੇ ਆ, ਉਹ ਅਸਲੀ ਸੇਵਾਦਾਰ ਨੇ, ਨਾ ਕਿ ਜਿਹੜੇ ਮੂਹਰੇ ਜਾ ਕੇ ਕਹਿੰਦੇ ਵੀ ਇੱਧਰ ਨੂੰ ਫਲੋਟ ਲਿਆ ਉਹ ਹੁਣ ਇੱਧਰ ਨੂੰ, ਮਤਲਬ ਫਲੋਟ ਤਾਂ ਉੱਧਰ ਨੂੰ ਹੀ ਆਊਗਾ ਜਿੱਧਰ ਨੂੰ ਰੂਟ ਜਾਣਾ ਆ। ਹੁਣ ਜੋ ਤੁਹਾਡੀਆਂ ਵੀਡੀਓ ਮੈਂ ਕਈ ਦੇਖੀਆਂ ਵੀ ਉਹ 'ਚ ਤੁਸੀਂ ਗਾਲਾਂ ਬਹੁਤ ਕੱਢਦੇ ਹੋ, ਇੱਕ ਤਾਂ ਤੁਹਾਡੀ ਲੁੱਕ ਗੁਰਸਿੱਖਾਂ ਵਾਲੀ ਆ, ਇੱਕ ਉੱਥੇ ਤੁਸੀਂ ਗਾਲਾਂ ਕੱਢਦੇ, ਅਤੇ ਤੀਸਰੀ ਵੱਡੀ ਗੱਲ ਹੈ ਕਿ ਤੁਹਾਨੂੰ ਬੱਚੇ, ਛੋਟੇ ਛੋਟੇ ਬੱਚੇ ਫੋਲੋ ਕਰਦੇ ਆ। ਮੈਂ ਹੈਰਾਨ ਹੋਇਆ ਵੀ ਸਰੀ ਦੇ ਵਿੱਚੋਂ ਬਾਹਰਲੇ ਟਾਊਨ ਜੇ ਬੱਚੇ ਕਿਸੇ ਨੂੰ ਜਾਣਦੇ ਬੱਚੇ ਤਾਂ ਉਹ ਤੁਹਾਨੂੰ ਜਾਣਦੇ ਆ, ਜਦੋਂ ਅਸੀਂ ਵੀ ਕਿਤੇ ਬਾਹਰ ਜਾਂਦੇ ਸਾਨੂੰ ਪੁੱਛਦੇ ਆ ਵੀ ਚੰਨੀ ਉਹਨਾਂ ਨੂੰ ਤੁਸੀਂ ਜਾਣਦੇ ਹੋ, ਤਾਂ ਉਹ ਜਦੋਂ ਤੁਸੀਂ ਗਾਲਾਂ ਕੱਢਦੇ ਹੋ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਕੋਈ ਗਲਤ ਮੈਸੇਜ ਦੇ ਜਾਂਦੇ? ਮਾੜੀ ਗੱਲ ਨਹੀਂ, ਆਹੀ ਤਾਂ ਮਾੜੀ ਗੱਲ ਆ, ਪਰ ਇਹ ਰਿਐਲਿਟੀ ਆ। ਹੁਣ ਜਦੋਂ ਆਪਾਂ ਨੂੰ ਪਤਾ ਸੀ ਤਾਂ ਇੱਥੇ ਰਾਜ ਜਿਵੇਂ ਜਿੱਦਾਂ ਅਸੀਂ ਕੈਮਰੇ ਤੋਂ ਔਫ ਗੱਲ ਕਰਦੇ, ਹੁਣ ਇੱਥੇ ਤਾਂ ਆਪਾਂ ਕਰ ਨਹੀਂ ਸਕਦੇ, ਪਰ ਜਿੱਦਾਂ ਕੈਮਰੇ ਤੋਂ ਜਿਹੜੇ ਆਪਦੇ ਵੀਡੀਓ ਬਣਾਉਂਦੇ ਆ, ਜਦੋਂ ਉਹ ਕੈਮਰੇ 'ਤੇ ਔਫ ਜਿਹੜੀ ਗੱਲ ਕਰਦੇ ਆ, ਉਹੀ ਕੈਮਰੇ 'ਤੇ ਔਨ ਕਰਦੇ, ਉਹਨਾਂ ਨੂੰ ਇਹ ਲੱਗਦਾ ਵੀ ਬੰਦੇ ਰੀਲ ਆ, ਸਾਡਾ ਇਹ ਅਸੀਂ ਜਦੋਂ ਸ਼ੁਰੂ ਕੀਤਾ ਸੀ, ਅਸੀਂ ਇੱਕ ਦੂਜੇ ਨੂੰ ਕਿਹਾ ਸੀ ਵੀ ਜੋ ਮਰਜ਼ੀ ਹੋਵੇ ਵੀ ਆਪਾਂ ਆਪਣਾ ਲਾਈਫ ਸਟਾਈਲ ਨਹੀਂ ਚੇਂਜ ਕਰਨਾ, ਜਿਵੇਂ ਹਾਂ ਉਦੋਂ ਅਸੀਂ ਸੰਤਾਂ ਦੇ ਜਿਵੇਂ ਫੈਨ ਸੀ ਕਹਿ ਲਓ, ਹੈ ਨਾ, ਹੁਣ ਵੀ ਹੈਗੇ ਹਾਂ, ਉਦੋਂ ਵੀ ਗਾਲਾਂ ਕੱਢਦੇ ਸੀ ਅਤੇ ਹੁਣ ਵੀ ਗਾਲਾਂ ਕੱਢਦੇ ਹਾਂ, ਹੈ ਨਾ, ਅਸੀਂ ਐਂ ਨਹੀਂ ਵੀ ਕੁਛ ਚੇਂਜ ਕਰ ਲਈਏ, ਬਦਲਣਾ ਨਹੀਂ ਵੀ ਜਿਵੇਂ ਅਸੀਂ, ਕਿਉਂਕਿ ਜਿਹੜਾ ਬੰਦਾ ਥੋੜ੍ਹਾ ਜਿਹਾ ਪਾਪੂਲਰ ਹੋ ਕੇ ਆਪਦੇ ਆਪ ਨੂੰ ਹੀ ਬਦਲ ਲਵੇ, ਫਿਰ ਉਹ ਲੋਕਾਂ ਨੂੰ ਨੋਟਿਸ ਕਰਦੇ ਵੀ ਇਹ ਤਾਂ ਚੇਂਜ ਹੋ ਗਿਆ ਯਾਰ, ਹੈ ਨਾ। ਟੈਟੂ ਪਵਾਏ ਤੁਸੀਂ ਦੋਨਾਂ ਨੇ ਬਾਹਾਂ 'ਤੇ,
ਮਤਲਬ ਇਹੀ ਤਾਂ ਇਹ ਗੁੰਡਿਆਂ ਜਿਹੇ ਵਾਲੀ ਨਿਸ਼ਾਨੀ ਮਤਲਬ ਤੁਸੀਂ ਵਧੀਆ ਗੁਰਸਿੱਖ ਮੁੰਡੇ ਹੋ ਤੁਸੀਂ ਆ ਟੈਟੂ ਪਵਾਏ ਨਹੀਂ ਪਰ ਅਸੀਂ ਜਿਵੇਂ ਤੁਸੀਂ ਕਈ ਮੁੰਡਿਆਂ ਨੂੰ ਦੇਖੋ ਟੈਟੂ ਬਣਾਉਂਦੇ ਆ ਚਾਈਨੀਜ਼ ਰਾਈਟਿੰਗ ਦੇ ਵਿੱਚ ਕੁਛ ਲਿਖਦੇ ਆ ਹੈ ਨਾ ਆਪਣੇ ਮੁੰਡੇ ਜਾਂ ਕੋਈ ਡਰੈਗਨ ਬਣਾ ਲੈਂਦੇ ਆ ਕਈਆਂ ਦੇ ਟੂ ਪਾਕ ਦੇ ਟੈਟੂ ਆਪਣੇ ਪੰਜਾਬੀ ਮੁੰਡੇ ਹੈ ਨਾ ਹਾਲਾਂਕਿ ਆਪਣੇ ਕੋਲ ਸਾਰੇ ਰੋਲ ਮਾਡਲ ਹੈਗੇ ਆ ਆਪਣੇ ਕੋਲ ਸਲੋਗਨ ਪੰਜਾਬੀ ਵਿੱਚ ਹੈਗੇ ਆ ਜਿਹੜੇ ਆਪਾਂ ਆਪਦੇ ਪੰਜਾਬੀ ਨੂੰ ਪ੍ਰਮੋਟ ਕਰ ਸਕਦੇ ਹਾਂ ਜਾਂ ਆਪਣੇ ਰੋਲ ਮਾਡਲਸ ਨੂੰ ਪ੍ਰਮੋਟ ਕਰਦੇ ਹਾਂ ਅਤੇ ਉਹ ਵੀ ਇੱਕ ਤਰ੍ਹਾਂ ਯੂਥ ਸਾਡੇ ਨਾਲ ਥੋੜ੍ਹੇ ਉਹ ਅਗਰੀ ਕਰਦੀ ਆ ਇਹ ਟੈਟੂਆਂ ਕਰਕੇ ਕਈ ਲੋਕਾਂ ਦੇ ਮੈਸੇਜ ਆਏ ਵੀ ਅਸੀਂ ਵੀ ਹੁਣ ਇਹ ਜਿਹਾ ਪੰਜਾਬੀ 'ਚ ਲਿਖਾਂਗੇ ਕੁਛ ਹੁਣ ਜਿਵੇਂ ਤੁਹਾਡੀ ਵੀਡੀਓ 'ਚ ਤੁਹਾਨੂੰ ਲੱਗਦਾ ਕਈ ਵਾਰੀ ਜਿਹੜੇ ਮੇਰੀ ਉਮਰ ਦੇ ਲੋਕ ਹੁੰਦੇ ਆ ਉਹ ਕਮੈਂਟ ਹੋਰ ਤਰ੍ਹਾਂ ਦੇ ਪਾਉਂਦੇ ਆ ਤੇ ਜਿਹੜੇ ਤੁਹਾਡੀ ਉਮਰ ਦੇ ਆ ਜਾਂ ਤੋਂ ਯੰਗ ਬੱਚੇ ਵੀ ਆ ਉਹ ਲਾਈਕ ਕਰਦੇ ਆ ਕਿਤੇ ਗੈਪ ਆ ਕਮਿਊਨਿਟੀ ਦੇ ਵਿੱਚ ਥੋੜ੍ਹਾ ਬਹੁਤ ਆਈ ਥਿੰਕ ਹੈਗਾ ਜਾਂ ਬਿਕੋਜ਼ ਉਹਨਾਂ ਦੀ ਥੋੜ੍ਹੀ ਪਰਸਪੈਕਟਿਵ ਹੋਰ ਹੁੰਦੀ ਆ ਉਹਨਾਂ ਦਾ ਨੇਚਰ ਅਤੇ ਕੌਮੇਡੀ ਅਪਬ੍ਰਿੰਗਿੰਗ ਹੋਰ ਹੁੰਦੀ ਆ ਜਿਹੜਾ ਇੱਥੇ ਦਾ ਯੂਥ ਆ ਉਹਦੀ ਸੋਚ ਥੋੜ੍ਹੀ ਅਲੱਗ ਆ ਇੱਕ ਮੇਰਾ ਦੋਸਤ ਆ ਉਹ ਮੈਨੂੰ ਕਹਿੰਦਾ ਬਈ ਤੁਹਾਡੀ ਗੱਲ ਚੱਲਦੀ ਸੀ ਉਹ ਕਹਿੰਦਾ ਵੀ ਦੋ ਗਰੁੱਪ ਸੀਗੇ ਐਕਚੁਲੀ ਇੱਥੇ ਇੱਕ ਹੈਗੇ ਆ ਬਈ ਬੱਚੇ ਜਿਹਨਾਂ ਨੂੰ ਪੰਜਾਬੀ ਦਾ ਗੁਰਮਤ ਦਾ ਕੁਛ ਨਹੀਂ ਪਤਾ ਉਹ ਉਹਨਾਂ ਦੇ ਘਰੇ ਜਾਓ ਸਤਿ ਸ਼੍ਰੀ ਅਕਾਲ ਤੱਕ ਨਹੀਂ ਬੁਲਾਉਂਦੇ ਅਤੇ ਇੱਕ ਹੈਗੇ ਆ ਵੀ ਜਿਹੜੇ ਅੰਮ੍ਰਿਤਧਾਰੀ ਪੂਰੇ ਪੱਕੇ ਸਿੰਘ ਨੇ ਉਹ ਐਪਲ ਵੀ ਝਟਕਾ ਕਰਕੇ ਖਾਂਦੇ ਆ ਤੇ ਤੁਸੀਂ ਇੱਕ ਵਿਚਾਲਾ ਤੀਜਾ ਰਸਤਾ ਕੱਢਿਆ ਕਿ ਜਿਹੜੇ ਲੋਕੀ ਆਮ ਜ਼ਿੰਦਗੀ 'ਚ ਵਿਚਰਦੇ ਆ ਉਹ ਗੁਰਸਿੱਖ ਵੀ ਹੋ ਸਕਦੇ ਆ ਪੰਜਾਬੀ ਵੀ ਉਹਨਾਂ ਨੂੰ ਆਉਂਦੀ ਆ ਪੰਜਾਬੀ ਕਲਚਰ ਨਾਲ ਗੁਰਬਾਣੀ ਨਾਲ ਵੀ ਜੁੜੇ ਹੋਏ ਆ ਪਰ ਉਹ ਇੱਕ ਇੰਨੇ ਕੱਟੜਵਾਦੀ ਵੀ ਨਹੀਂ ਹੈਗੇ ਬਈ ਉਹ ਕੁਛ ਨਹੀਂ ਜ਼ਿੰਦਗੀ 'ਚ ਕਰ ਸਕਦੇ ਸੋ ਇੱਕ ਨਵੀਂ ਚੀਜ਼ ਸੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ ਅਤੇ ਗੱਲਬਾਤ ਲੜੀ ਨੂੰ ਅੱਗੇ ਚਲਾਉਂਦੇ ਹਾਂ Prime Asia TV ਨੂੰ ਤੁਸੀਂ ਹੁਣ ਇੰਡੀਆ ਵਿੱਚ ਵੀ ਦੇਖ ਸਕਦੇ ਹੋ Amazon Fire Stick ਦੇ ਜ਼ਰੀਏ Watch us worldwide on Yap TV, Apple TV, Smart TV, Xbox, PS4, Amazon Fire Stick, Roku and other platforms. ਜਾਂ ਤੁਸੀਂ ਆਪਣੇ Apple ਜਾਂ Android ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਤੇ ਸਭ ਤੋਂ ਜ਼ਰੂਰੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ Prime Asia TV ਤੁਹਾਡਾ ਆਪਣਾ ਤੁਹਾਡੇ ਲਈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ ਗੱਲਬਾਤ ਦੇ ਲੇਡੀ ਨੂੰ ਮੁੱਕੇ ਚਲਾਉਂਦੇ ਹਾਂ ਚੰਨੀ ਜਿੱਥੇ ਤੁਸੀਂ ਵੀਡੀਓ ਬਣਾਉਂਦੇ ਆ ਤੁਹਾਡਾ ਸਾਰਾ ਗਰੁੱਪ ਤੁਹਾਡੇ ਨਾਲ ਬਾਕੀ ਮੁੰਡੇ ਵੀ ਕਾਫੀ ਵੱਡਾ ਗਰੁੱਪ ਆ ਤੁਹਾਡਾ ਨਾਲ ਨਾਲ ਮੈਂ ਤੇਰੇ ਗੀਤ ਸੁਣਦਾ ਰਹਿਣਾ ਹਾਂਜੀ ਗੀਤ ਕਿੰਨੇ ਗੀਤ ਲਿਖੇ ਹੁਣ ਤੱਕ ਆਪਣੇ ਹੁਣ ਤੱਕ ਜਿਹੜੇ ਰਿਕਾਰਡ ਹੋਏ ਆਈ ਥਿੰਕ 5 ਗੀਤ ਆਏ ਆ ਅੱਛਾ ਹਾਂਜੀ ਲਿਖੇ ਵੱਧ ਹੈ ਤੂੰ ਲਿਖੇ ਹਾਂਜੀ ਥੋੜ੍ਹੇ ਹੋਰ ਜਿਹੜੇ ਨਹੀਂ ਰਿਲੀਜ਼ ਹੋਏ ਹਜੇ ਅੱਛਾ ਪਰ ਇਹ ਨਹੀਂ ਵੀ ਆਪਾਂ ਕਹਿ ਦਈਏ ਵੀ 1000 ਲਿਖੇ ਆ ਜਾਂ ਕਈ ਵਾਰੀ ਹੁੰਦੇ ਨਾ ਵੀ ਮੇਰਾ ਤਾਂ 150 ਗੀਤ ਨੈਪਕਨਾਂ ਤੇ ਲਿਖਿਆ ਪਿਆ ਕਰੇ ਇਦਾਂ ਦੀ ਨਹੀਂ ਉਦਾਂ ਦੇ ਕੋਈ ਚੱਕਰ ਨਹੀਂ ਜਿਵੇਂ 8 ਗੀਤ ਲਿਖੇ ਆ ਜੇ ਸਹੀ ਦੱਸਾਂ ਤਾਂ 5 ਵਿੱਚ ਆਏ ਆ ਬਹੁਤ ਮਤਲਬ ਰੇਸ਼ੋ ਬਹੁਤ ਵਧੀਆ 8 ਚੋਂ 5 ਤੁਸੀਂ ਰਿਲੀਜ਼ ਹੋ ਗਏ ਪਹਿਲਾ ਗੀਤ ਕਿਹੜਾ ਲਿਖਿਆ ਸੀ ਪਹਿਲਾਂ ਜੀ ਆਇਆ ਸੀਗਾ ਇੱਕ ਹਰਜੋਤ ਮੁੰਡੇ ਨੇ ਗਾਇਆ ਕਲਾਕਾਰ ਪੰਜਾਬੀ ਉਹ ਕਾਫੀ ਮਸ਼ਹੂਰ ਆ ਉਹ ਆਇਆ ਸੀ ਸਾਕਾ ਨੀਲਾ ਤਾਰਾ ਅੱਛਾ ਹਾਂਜੀ ਹਰਜਨਾਗਰੇ ਨੇ ਮਿਊਜ਼ਿਕ ਕੀਤਾ ਉਹਦਾ ਉਹਦੇ ਬੋਲ ਸੁਣਾਓ ਤੋ ਉਹ ਸੀਗਾ ਜੀ ਉਹਦੀ ਹੁੱਕ ਲਾਈਨ ਆ ਵੀ ਅੰਬਰਾਂ ਦੇ ਤਾਰਿਆਂ ਦੇ ਕਿੱਸੇ ਬਹੁਤ ਸੁਣੇ ਕੋਈ ਸਾਕੇ ਨੀਲੇ ਤਾਰੇ ਦੀ ਸੁਣਾ ਦਾਦੀ ਉਹ ਜਿਵੇਂ ਇੱਕ ਪੁੱਤ ਆਪਦੀ ਦਾਦੀ ਨੂੰ ਪੁੱਛਦਾ ਵੀ ਮੈਨੂੰ ਸਾਖੀ ਸੁਣਾ ਠੀਕ ਹੈ ਵੀ ਕਹਾਣੀਆਂ ਤਾਂ ਨਿੱਤ ਸੁਣੀ ਦੀਆਂ ਹੈ ਨਾ ਜੀ ਅਤੇ ਉਹ ਤੋਂ ਬਾਅਦ ਉਸ ਤੋਂ ਬਾਅਦ ਜੀ ਆਇਆ ਸੀਗਾ ਆਪਣਾ ਗੀਤ ਇੰਟੈਂਸ ਨਾਲ ਉਹ ਸੀਗਾ ਅਨੰਦਪੁਰ ਵਾਲੇ ਉਹ ਗੁਰਦੇਵ ਸਿੰਘ ਤੋਫੇ ਨੇ ਗਾਇਆ ਸੀ ਉਹਦੇ ਬੋਲ ਸੀਗੇ ਕਿ ਤਰਜ ਹੈ ਵੀ ਇੰਦਰਾ ਗਾਂਧੀ ਨੂੰ ਜਿਹੜੇ ਪੰਜਾਬ ਦੀ ਯੂਥ ਆ ਉਹ ਜਵਾਬ ਦਿੰਦੀ ਸੀਗੀ ਮੈਨੂੰ ਗਾਉਣਾ ਨਹੀਂ ਆਉਂਦਾ ਪਰ ਮੈਂ ਤੁਹਾਨੂੰ ਤਰਜ ਵਿੱਚ ਸੁਣਾ ਦਿੰਦਾ ਉਹ ਸੀਗਾ ਜੀ ਉਹ ਲੱਡੂ ਵੰਡਦੀ ਮਹਿਲਾਂ 'ਚੋਂ ਸੁਨੇ ਕਰਕੇ ਸਾਡੇ ਵਿਹੜੇ ਅਸੀਂ ਵੀ ਕਸਮਾਂ ਖਾ ਲਈਆਂ ਕਰਨੇ ਮਾਫ ਨਾ ਸ਼ੱਕੀ ਜਿਹੜੇ ਉਹ ਰੱਜ ਰੱਜ ਜਸ਼ਨ ਮਨਾਉਂਦੇ ਹੋ ਖਾਲਸੇ ਆਣ ਕੇ ਸ਼ਗਨ ਹੈ ਪਾਉਣਾ ਮਹਿਲਾਂ ਦੀ ਇਹ ਰਾਣੀਏ ਨੀ ਅਨੰਦਪੁਰ ਵਾਲਿਆਂ ਚੜ ਕੇ ਆਉਣਾ ਸੋ ਤੇਰੇ ਜਿੰਨੇ ਵੀ ਗੀਤ ਆ ਹਾਂਜੀ ਉਹ 84 ਦੇ ਜਿਹੜਾ ਹੋਰ ਆਪਣਾ ਜਿਹੜਾ ਇੱਕ ਵਿਛੜੇ ਵੀਰੇ ਆਇਆ ਸੀ ਤੇ ਉਹ ਜੀ ਐਸ ਹੰਡਲ ਨੇ ਗਾਇਆ ਸੀ ਤੇ ਇੱਕ ਥਾਣੇਦਾਰ ਵਾਲਾ ਗੀਤ ਆਇਆ ਸੀ ਆਰ ਐਸ ਥਾਣੇਦਾਰ ਵਾਲਾ ਕਿਹੜਾ ਉਹ ਸੀਗਾ ਜੀ ਸ਼ਹੀਦ ਗੁਰਜੰਟ ਸਿੰਘ ਬੋਧ ਸਿੰਘ ਵਾਲੇ ਦੀ ਜੀਵਨੀ ਦੇ ਉੱਤੇ ਉਹ ਜਿਵੇਂ ਉਹਨਾਂ ਨੂੰ ਉਹ ਥਾਣੇਦਾਰ ਉਸ ਇਲਾਕੇ ਵਿੱਚ ਤੰਗ ਉਹਦੇ ਪਰਿਵਾਰ ਨੂੰ ਹੋਰ ਧੀਆਂ ਭੈਣਾਂ ਨੂੰ ਤੰਗ ਕਰਦੇ ਸੀ ਉਹ ਜਿਵੇਂ ਉਹਨਾਂ ਨੇ ਸੋਧਾ ਲਾਇਆ ਉਹ ਸਟੋਰੀ ਦਾ ਸੀ ਅੱਛਾ ਹਾਂਜੀ ਤੇ ਹੁਣ ਜਿਹੜਾ ਲੇਟੈਸਟ ਆਪਣਾ ਗਾਣਾ ਆਇਆ ਜਿਹਨੂੰ ਉਹ ਬਹੁਤ ਵਧੀਆ ਰਿਸਪੌਂਸ ਆ ਰਿਹਾ ਜਿਹੜਾ ਮਹੀਨਾ ਕੀ ਹੋਇਆ ਨਿਕਲੇ ਨੂੰ ਰੂਸ ਗਾਣਾ ਆਇਆ ਸੀ ਆਪਣਾ ਉਹ ਬਨੀ ਗਿੱਲ ਨੇ ਗਾਇਆ ਸੀ ਆਪਣਾ ਵੀਰਾ ਉਹ ਤੇ ਹਰਜਨਾਗਰੇ ਨੇ ਉਹਦਾ ਮਿਊਜ਼ਿਕ ਕੀਤਾ ਸੀ
ਉਹ ਤੁਹਾਡਾ ਗੀਤ ਆਉਣ ਤੋਂ ਪਹਿਲਾਂ ਹੀ ਕੰਟਰੋਵਰਸੀ ਹੋ ਰਹੀ ਸੀ ਉੱਥੇ ਬਹੁਤ। ਹਾਂਜੀ ਉਹ ਗੀਤ 'ਤੇ ਕੰਟਰੋਵਰਸੀ ਹੋ ਰਹੀ ਸੀ ਕਿਉਂਕਿ ਉਹਦੇ ਵਿੱਚ ਇੱਕ ਰਸ਼ੀਆ ਦਾ ਝੰਡਾ ਦਿਖਾਇਆ ਗਿਆ ਸੀ। ਅੱਛਾ। ਉਹਦੇ ਵਿੱਚ ਉਹ ਮਤਲਬ ਲੋਕ ਗਲਤ ਲੈ ਗਏ ਵੀ ਇਹ ਖਰੇ ਕੈਪੀਟਲਿਜ਼ਮ ਜਾਂ ਕਮਿਊਨਿਜ਼ਮ ਨੂੰ ਸਪੋਰਟ ਕਰਦੇ ਆ। ਅੱਛਾ। ਹੈ ਹਜੇ ਉਹਨਾਂ ਨੇ ਗੀਤ ਸੁਣਿਆ ਨਹੀਂ ਸੀ, ਹਜੇ ਉਹਦੇ ਟ੍ਰੇਲਰ ਤੋਂ ਹੀ ਉਹਨਾਂ ਨੇ ਕੰਟਰੋਵਰਸੀ ਜੀ ਸ਼ੁਰੂ ਕਰ ਲਈ ਵੀ ਕੀ ਚੱਕਰ ਆ। ਪਰ ਗੀਤ ਸੁਣੇ 'ਤੇ ਵੀ ਕੰਟਰੋਵਰਸੀ ਤਾਂ ਹੋਈ ਹੋਊਗੀ ਥੋੜ੍ਹੀ ਬਹੁਤ ਹੀ ਹੋਈ, ਪਰ ਵਾਧੂ ਤੌਰ 'ਤੇ ਆਈ ਥਿੰਕ ਰਿਸਪੋਂਸ ਉਹਨੂੰ ਬਹੁਤ ਵਧੀਆ ਆਇਆ। ਅੱਛਾ। ਜਿਵੇਂ ਉਹ ਗੀਤ ਆਲਮੋਸਟ ਮਿਲੀਅਨ ਵਿਊਜ਼ ਦੇ ਨੇੜੇ ਚਲੇ ਚੱਲੇ ਮਿਲੀਅਨ ਦੇ ਨੇੜੇ ਜਾ, ਅਤੇ ਉਹ ਇਸ ਤਰ੍ਹਾਂ ਸੀ ਵੀ ਉਹ ਗੀਤ ਅਸੀਂ ਕੀਤਾ ਸੀ ਵੀ ਸਾਡਾ ਦੋਨਾਂ ਦਾ ਗਰੁੱਪ ਦਾ ਹੀ ਸੁਪਨਾ ਸੀ ਵੀ ਇੱਕ ਇਹੋ ਜਿਹਾ ਗੀਤ ਆਪਣੇ ਸੰਘਰਸ਼ ਦੇ ਦੌਰ 'ਤੇ ਕਰੀਏ ਵੀ ਜਿਹੜਾ ਮੇਨ ਸਟ੍ਰੀਮ ਲੈਵਲ 'ਤੇ ਚੱਲ ਜਾਵੇ, ਅਤੇ ਉਹ ਗੀਤ ਨੰਬਰ 1 ਔਨ ਆਈਟੂਨਸ ਵੀ ਗਿਆ ਅਤੇ ਨੰਬਰ 13 ਵਰਲਡ ਵਾਈਡ ਟ੍ਰੈਂਡਿੰਗ ਵੀ ਸੀ ਜਦੋਂ ਰਿਲੀਜ਼ ਹੋਇਆ। ਅੱਛਾ। ਸੋ ਤੁਹਾਡੇ ਗੀਤ ਸਾਰੇ ਖੜਕੂਵਾਦ 'ਤੇ ਜਾਂ ਉਸ ਸਮੇਂ 'ਤੇ ਹੁੰਦੇ ਆ, ਹੁਣ ਮੇਰੀ ਉਮਰ ਦੇ ਲੋਕ ਨੇ ਅਸੀਂ ਸਾਰੇ ਸੋਚਦੇ ਹਾਂ ਕਿ ਇਹ ਹੁਣ ਮੁੱਦਾ ਪੁਰਾਣਾ ਹੋ ਗਿਆ, ਇੰਡੀਆ ਦੇ ਵਿੱਚ ਵੀ ਜਦੋਂ ਜਾਂਦੇ ਹਾਂ ਉੱਥੇ ਕੋਈ ਇਹ ਗੱਲਬਾਤ ਨਹੀਂ ਹੈਗੀ, ਲੋਕ ਭੁੱਲ ਭੁਲਾ ਚੁੱਕੇ ਆ, ਹੈਨਾ, ਅਤੇ ਤੁਸੀਂ ਉਦੋਂ ਜੰਮੇ ਨਹੀਂ ਸੀ ਅਤੇ ਤੁਹਾਡੇ ਚੇਤਿਆਂ ਦੇ ਵਿੱਚ ਇਹ ਬਿਲਕੁਲ ਫਰੈਸ਼ ਅਤੇ ਤਾਜ਼ੀ ਆ ਜਦੋਂ ਕੋਈ ਗੀਤ ਲਿਖਦੇ ਹਾਂ ਉਹਦੇ ਬਾਰੇ ਲਿਖਦੇ ਹਾਂ, ਕੀ ਕਾਰਨ ਆ, ਕਿਹੜੀ ਗੱਲ ਇਹੋ ਜੀ ਤੁਹਾਡੇ ਵਰਗੇ ਯੰਗ ਮੁੰਡੇ ਤੁਸੀਂ ਤਾਂ ਕੋਈ ਰੋਮਾਂਟਿਕ ਜਾਂ ਹੋਰ ਇਹੋ ਜਿਹੇ ਗੀਤ ਲਿਖਣੇ ਚਾਹੀਦੇ? ਜਾਂ ਉਹ ਗੱਲ ਇੱਦਾਂ ਵੀ ਆਈ ਥਿੰਕ ਜਿਹੜੀ ਚੀਜ਼ ਨੂੰ ਬੰਦਾ ਇੰਟਰਸਟ ਰੱਖਦਾ ਜਾਂ ਜਿਹੜੀ ਟ੍ਰਿਗਰ ਕਰਦੀ ਆ ਉਹੀ ਉਹਦੇ ਵਿੱਚ ਉਹੀ ਅੱਗ ਬਲਦੀ ਹੈ, ਤਾਂ ਜਦੋਂ ਰਿਸਪੋਂਸ ਮਿਲਦਾ ਜਿਵੇਂ ਜਿਹੜਾ ਗੀਤ ਰੂਸ ਸੀਗਾ ਉਹਦੇ ਵਿੱਚ ਸਭ ਤੋਂ ਵਧੀਆ ਰਿਸਪੋਂਸ ਲੁਧਿਆਣੇ ਵੱਲੋਂ ਆਇਆ ਸੀ। ਉਹ ਸ਼ਹਿਰ ਵਿੱਚੋਂ ਬਹੁਤ ਜ਼ਿਆਦਾ ਮੁੰਡਿਆਂ ਨੇ ਸਾਨੂੰ ਭੇਜੇ ਮੁੜ ਕੇ ਵੀਡੀਓਜ਼ ਬਣਾ ਬਣਾ ਕੇ, ਸਾਨੂੰ ਇਹ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਮੁੰਡਿਆਂ ਦੇ ਵਿੱਚ ਉਹ ਚੀਜ਼ ਦਾ ਹਜੇ ਪਿਆਰ ਸਤਿਕਾਰ ਹੈਗਾ ਆ, ਪਰ ਗੱਲ ਇਹ ਆ ਕਿ ਜਿਹੋ ਜਿਹਾ ਕੁਛ ਉਹਨਾਂ ਨੂੰ ਖਿਲਾਉਂਦੇ ਆ ਉਹੀ ਉਹਨਾਂ ਨੇ ਖਾਣਾ, ਜਿਵੇਂ ਕਹਿ ਲਓ ਰਾਈਟ, ਹੁਣ ਜਿਹੋ ਜਿਹੇ ਗੀਤ ਆ ਰਹੇ ਆ ਜਿਵੇਂ ਗੈਂਗਾਂ 'ਤੇ ਗੋਲੀਆਂ 'ਤੇ ਜਿਸ ਤਰ੍ਹਾਂ ਦੇ ਵੀ ਵਾਇਲੈਂਸ ਵਾਲੇ ਗੀਤ ਆ ਰਹੇ ਆ, ਉਹ ਵਾਇਲੈਂਸ ਹੁੰਦੀ ਹੈ ਕਿਸੇ ਕੁੜੀ ਪਿੱਛੇ ਲੜਾਈ ਜਾਂ ਕਿਸੇ ਨਿੱਜ ਵਾਸਤੇ ਜਾਂ ਕਿਸੇ ਪ੍ਰੋਪਰਟੀ ਵਾਸਤੇ, ਪਰ ਵਾਇਲੈਂਸ ਤਾਂ ਤੁਹਾਡੇ ਗੀਤਾਂ 'ਚ ਵੀ ਹੁੰਦੀ ਆ, ਪਰ ਉਹ ਵਾਇਲੈਂਸ ਇੱਕ ਪੱਖੋਂ ਵੀ ਆਪਣੀ ਹਿਸਟਰੀ ਪੱਖੋਂ ਆ ਵੀ ਆਪਣੀ ਹਿਸਟਰੀ ਵਿੱਚ ਵੀ ਵਾਇਲੈਂਸ ਹੀ ਆ ਜੀ, ਪਹਿਲਾਂ ਤੁਸੀਂ ਦੇਖ ਲਓ ਸੰਘਰਸ਼ ਹੀ ਚੱਲ ਰਿਹਾ। ਬਿਲਕੁਲ। ਤਾਂ ਉਸ ਮੁੱਦੇ ਨੂੰ ਲੈ ਕੇ ਅਸੀਂ ਤੁਰੇ ਸੀ ਵੀ ਜਿਹੜਾ ਠੀਕ ਆ ਹਥਿਆਰ ਚੁੱਕਣੇ ਪਰ ਕਿਸ ਕਾਰਨ ਚੁੱਕਣੇ ਆ। ਪਰ ਜਿਹੜੀ ਤੁਹਾਡੀ ਫੂਡ ਡਰਾਈਵ ਆ ਇਹ ਤੁਸੀਂ ਦਸੰਬਰ ਦੇ ਮਹੀਨੇ ਕਰਦੇ ਹੋ, ਅਤੇ ਸੰਤ ਜਰਨੈਲ ਸਿੰਘ ਦਾ ਨਾਂ ਜਨਮ ਦਿਨ ਇਹਨਾਂ ਦਿਨਾਂ 'ਚ ਅਤੇ ਨਾ ਹੀ ਸ਼ਹੀਦੀ ਦਿਨ, ਇਹਦੇ 'ਚ ਕੀ ਗੱਲ? ਇਹਦੇ 'ਚ ਇੱਦਾਂ ਜੀ, ਜਦੋਂ ਅਸੀਂ ਸ਼ੁਰੂ ਕਰਨਾ ਸੀ ਨਾ ਇਹ ਪ੍ਰੋਗਰਾਮ, ਅਸੀਂ ਕਿਹਾ ਵੀ ਦਸੰਬਰ ਦੇ ਵਿੱਚ ਐਂਡ ਆਫ ਦ ਈਅਰ ਨਾਲੇ ਤਾਂ ਟੋਏ ਡਰਾਈਵ ਕਰ ਲਾਂਗੇ ਅਤੇ ਨਾਲੇ ਬਾਕੀ ਸਾਰੇ ਫੂਡ ਡਰਾਈਵ ਜਾਂ ਟੋਏ ਡਰਾਈਵ ਇਸ ਟਾਈਮ 'ਚ ਹੀ ਕਰਦੇ ਆ ਜਨਰਲੀ, ਠੀਕ ਹੈ, ਹੈ ਨਾ? ਅਤੇ ਅਸੀਂ ਕਿਹਾ ਵੀ ਪਰ ਅਸੀਂ ਐਟ ਦ ਸੇਮ ਟਾਈਮ ਅਸੀਂ ਸੰਤਾਂ ਦੇ ਨਾਂ 'ਤੇ ਹੀ ਰੱਖਣਾ ਆ, ਵੀ ਭਾਵੇਂ ਕੋਈ ਚੱਕਰੀ ਨਹੀਂ ਵੀ ਕੋਈ ਕੀ ਕਹਿੰਦਾ ਆ, ਵੀ ਅਸੀਂ ਤਾਂ ਸੰਤਾਂ ਦੇ ਨਾਂ 'ਤੇ ਰੱਖਣਾ ਕਿਉਂਕਿ ਸਾਡੇ ਤਾਂ ਉਹੀ ਆਈਡਲ ਨੇ। ਤੁਹਾਨੂੰ ਤਾਂ ਇਹ ਵੀ ਹੋਊਗਾ ਫੂਡ ਇਕੱਠਾ ਕਰਕੇ ਆਪਾਂ ਦੇ ਹੀ ਦੇਣਾ, ਆਪਾਂ ਘਰੇ ਲਿਜਾਣਾ ਜਿੰਨਾ ਖੋਜ ਹੁੰਦਾ ਸੀ। ਹਾਂਜੀ, ਨਾਲੇ ਅਸੀਂ ਪਿਛਲੇ ਸਾਲ ਸਾਡੇ ਐਕਚੁਲੀ ਕਈ ਲੋਕਾਂ ਨੂੰ ਨਹੀਂ ਪਤਾ ਵੀ ਬੀ ਸੀ ਚਿਲਡਰਨ ਹੋਸਪਿਟਲ ਦੇ ਵਿੱਚ ਅਸੀਂ ਸੰਤਾਂ ਦੀ ਫੋਟੋ ਲਵਾਈ, ਉਹਨਾਂ ਨੂੰ ਵੀ ਫੋਟੋ ਇੱਕ ਭੇੜਾ ਕੀਤੀ ਸੀ ਇੱਕ ਲੌਬੀ ਦੇ ਵਿੱਚ, ਦੇਖ ਲਈਦਾ ਬੰਦਾ ਕਿਹੋ ਜਿਹਾ, ਜੇ ਉਹ ਚਾਹੁੰਦਾ ਵੀ ਵਿਚਾਰਾਂ ਨਾਲ ਕੋਈ ਕਰ ਲਵੇ ਸਮਝੌਤਾ ਤਾਂ, ਪਰ ਲਾਈਦਾ ਨੀ ਨਾਲ, ਹੈ ਨਾ? ਆਪਾਂ ਥੋੜੇ ਬਹੁਤ ਅਸੂਲ ਰੱਖੀਏ। ਆਈ ਥਿੰਕ ਆਪਣੀ ਕੌਮ ਪਹਿਲੀ ਕੌਮ ਆ ਜਿਹਦਾ ਅਫਰੀਕਨ ਅਮੈਰੀਕਨ ਦੇਖ ਲਓ ਉਹ ਆਪਣੇ ਰੈਵੋਲੂਸ਼ਨਰਾਂ 'ਤੇ ਹਿੱਕ ਠੋਕ ਕੇ ਮਾਣ ਕਰਦੇ ਆ, ਕਿਊਬਨ ਰੈਵੋਲੂਸ਼ਨ ਹੋਈ ਸ਼ੇਖ ਵੇਰਾ ਬਾਰੇ ਆਪਾਂ ਪੜ੍ਹਿਆ ਉਹ ਵੀ ਹਿੱਕ ਠੋਕ ਕੇ ਮਾਣ ਕਰਦੇ ਆ। ਆਈ ਥਿੰਕ ਆਪਣੀ ਕੌਮ ਪਹਿਲੀ ਕੌਮ ਹੋਊਗੀ ਜਿਹੜੇ ਆਪਣੇ ਆਈਡਲ ਆਪਣੇ ਸ਼ਹੀਦਾਂ ਦੇ ਉੱਤੇ ਪਿੱਛੇ ਹਟ ਰਹੇ ਆ, ਰਾਈਟ? ਅਤੇ ਇਹਦਾ ਵੀ ਕਾਰਨ ਇਹ ਆ ਕਿ ਜਿਹੜੀ ਮੀਡੀਆ ਆ ਉਸ ਟਾਈਮ ਹੋਰ ਸੀ, ਅੱਜ ਹੋਰ ਆ ਰਹੀ, ਅੱਜ ਮੀਡੀਆ ਆ ਜਿਹੜਾ ਉਹ ਸਗੋਂ ਕਿ ਫਰੀ ਆ ਮੀਡੀਆ, ਸੋਸ਼ਲ ਮੀਡੀਆ ਕਰਕੇ ਵੀ, ਰਾਈਟ? ਉਸ ਟਾਈਮ 'ਤੇ ਘੱਟ ਸੀ, ਤਾਂ ਹੀ ਉਹ ਜਿਹੜੇ ਪੁਰਾਣੇ ਵਿਚਾਰ ਨੇ ਉਹ ਜਿਹੜੇ ਆਪਣੇ ਆਈਡਲ ਸੀ ਜਿਹੜੇ ਹੱਕਾਂ ਲਈ ਲੜਦੇ ਸੀ ਉਹ ਡੀਮੋਨਾਈਜ਼ ਹੋ ਗਏ। ਇੰਨਾ ਟਾਈਮ ਕਿਵੇਂ ਮਿਲਦਾ? ਤੁਹਾਡੀ ਡੇਲੀ ਵੀਡੀਓ ਆਉਂਦੀਆਂ ਨੇ, ਇਕੱਠੇ ਘੁੰਮਦੇ ਹੋ, ਅੱਜ ਤੁਸੀਂ ਮੈਕਸੀਕੋ ਗਏ ਹੋ, ਅੱਜ ਨਿਊਯਾਰਕ ਤੁਰੇ ਫਿਰਦੇ ਹੋ, ਅਤੇ ਕਿੱਥੋਂ ਟਾਈਮ ਕੱਢਦੇ ਹੋ? ਬਾਕੀ ਅਸੀਂ ਤਾਂ ਜੀ ਪਹਿਲਾਂ ਪਹਿਲੇ ਦਿਨ ਤੋਂ ਹੀ ਇੱਦਾਂ ਹੀ ਸੀਗੇ ਇਕੱਠੇ ਹੀ, ਜਿਵੇਂ ਅਸੀਂ ਇੱਦਾਂ ਨਹੀਂ ਵੀ ਹੁਣ ਅਸੀਂ ਸੋਚਦੇ ਵੀ ਅੱਜ ਵੀਡੀਓ ਬਣਾਉਣੀ ਆ ਵੀ ਹੁਣ ਤਿਆਰ ਹੋ ਜਾਓ, ਜਾਂ ਵੀ ਹੈ ਨਾ ਵੀ ਕੋਈ ਐਕਟਿੰਗ ਨਹੀਂ ਕਰਦੇ ਅਸੀਂ, ਅਤੇ ਇੱਦਾਂ ਸ਼ੁਰੂ ਵੀ ਅਸੀਂ ਇੱਦਾਂ ਹੀ ਕੀਤਾ ਸੀ ਵੀ ਮਾੜਾ ਮੋਟਾ ਅਸੀਂ ਇੱਕ ਦੂਜੇ ਦੀ ਵੀਡੀਓ ਬਣਾ ਕੇ ਸਾਡੇ ਗਰੁੱਪ 'ਚ ਪਾਈ ਜਾਣੀ ਵੀ ਅੱਜ ਯਾਰ ਆਪਾਂ ਕੀਤਾ ਸੇਵ ਕਰਕੇ ਰੱਖ ਲਓ, ਹੈ ਨਾ? ਅਤੇ ਉਹ ਵੀਡੀਓ ਕਈ ਵਾਰੀ ਲੀਕ ਹੋ ਜਾਣੀ ਅਤੇ ਸਾਨੂੰ ਲੋਕਾਂ ਨੇ ਭੇਜਣੀ ਵੀ ਆਹ ਤੁਹਾਡੀ ਵੀਡੀਓ ਬਹੁਤ ਫਨੀ ਸੀ ਅਸੀਂ ਦੇਖੀ, ਇੱਦਾਂ ਹੀ ਅਸੀਂ ਫਿਰ ਇੰਸਟਾਗ੍ਰਾਮ 'ਤੇ ਪਾਉਣ ਲੱਗੇ। ਅਤੇ ਬਾਕੀ ਸਭ ਤੋਂ ਪਹਿਲੀ ਵੀਡੀਓ ਕਿਹੜੀ ਸੀਗੀ ਜਿਹੜੀ ਵਾਇਰਲ ਹੋ ਗਈ ਸੀ? ਸਰੀ ਦੀਆਂ ਨਿਊਜ਼, ਅਸੀਂ ਗੱਡੀ 'ਚ ਜਾਂਦੇ ਸੀ, ਸਰੀ ਦੀ ਬ੍ਰੇਕਿੰਗ ਨਿਊਜ਼ ਦਿੱਤੀ ਸੀ ਸਾਫੀ ਨੇ ਪਹਿਲੀ ਵਾਰੀ, ਅਸੀਂ ਇਕੱਠੇ ਬੈਠੇ ਸੀਗੇ, ਮੈਂ ਟ੍ਰੈਫਿਕ ਕੀਤਾ ਅਤੇ ਇਹਨੇ ਕੀਤਾ ਸੀ ਇਹ ਨਿਊਜ਼ ਦੀ ਬ੍ਰੇਕਿੰਗ ਨਿਊਜ਼, ਸਮਝ ਗੋਲੀਆਂ ਲਾਈਨ ਯਾ, ਅਸੀਂ ਕਿਹਾ ਵੀ ਅਸੀਂ ਮਿਮਿਕਰੀ ਕੀਤੀ ਰੇਡੀਓ ਦੇ ਖਬਰਾਂ ਸੁਣਾਉਂਦੇ ਸੀ, ਕਿਹਾ ਵੀ ਇਹ ਅੱਜ ਤੁਹਾਡਾ ਸਵਾਗਤ ਹੈ ਸਟੂਡੀਓ ਦੀਆਂ ਘੜੀਆਂ ਉੱਤੇ, 3:35 ਦਾ ਸਮਾਂ, ਤਾਪਮਾਨ 11 ਡਿਗਰੀ ਸੈਲਸੀਅਸ, ਅਤੇ
ਸਰੀ ਦੇ ਵਿੱਚ ਗੋਲੀਆਂ ਦਾ ਮੀਂਹ ਪੈਣਾ ਹੈ ਨਾ, ਵੀ ਅਸੀਂ ਥੋੜ੍ਹਾ ਜਿਹਾ ਇੱਕ ਆਇਰੋਨਿਕ ਜੀ ਨਿਊਜ਼ ਕੀਤੀ ਸੀ ਵੀ ਅੱਜ ਗੋਲੀਆਂ ਦਾ ਮੀਂਹ ਪੈਣਾ, ਵੀ ਸਭ ਦੀਆਂ ਛਤਰੀਆਂ ਕੱਢ ਕੇ ਬੁਲੇਟ ਪਰੂਫ ਖੜ ਜਾਓ, ਫਿਰ ਬ੍ਰੇਕਿੰਗ ਨਿਊਜ਼ ਬਾਅਦ 'ਚੋਂ ਅਸੀਂ ਇਹ ਕੱਢੀ ਵੀ ਅੱਜ ਸਰੀ ਦੇ ਵਿੱਚ ਕੋਈ ਗੋਲੀ ਨਹੀਂ ਚੱਲੀ ਅਤੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਵੀ ਕੀ ਹੋ ਗਿਆ, ਵੀ ਗੋਲੀ ਕਾਹਤੋਂ ਨਹੀਂ ਚੱਲੀ, ਕਾਹਤੋਂ ਨਹੀਂ ਚੱਲੀ, ਕਿਉਂਕਿ ਸਰੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕੀ ਹਾਲ ਆ। ਸੋ ਸਰੀ ਦਾ ਜਿਹੜਾ ਇਹ ਹਾਲ ਹੀਲਾ ਹੈਗਾ, ਇਹ ਤੋਂ ਤੁਸੀਂ ਵੀ ਚਿੰਤਤ ਹੋ ਕਿਉਂਕਿ ਤੁਸੀਂ ਤਾਂ ਲੇਟ ਬਾਹਰ ਘੁੰਮਣਾ ਘੁੰਮਣਾ ਤੁਹਾਨੂੰ ਤੇ ਅਗਲੇ ਪ੍ਰੋਗਰਾਮ ਹੋਰ ਕੀ ਆ ਇਹ ਤੋਂ ਬਿਨਾਂ? ਇੱਕ ਆਪਾਂ ਇੱਕ ਤਾਂ ਆਪਣੇ ਐਨੂਅਲ ਇਹ ਹੁੰਦਾ ਹੀ ਆ ਫੂਡ ਡਰਾਈਵ, ਹੈ ਨਾ, ਇਹ ਥੋੜ੍ਹਾ ਹੁੰਦਾ ਯੂਥ ਨੂੰ ਇੰਗੇਜ ਕਰਨਾ ਵੀ ਆ, ਹੋਰ ਵੀ ਬਹੁਤ ਕੁਛ ਹੈਗਾ ਵੀ ਉਸ ਲਾਈਫ ਤੋਂ ਵਗੈਰਾ, ਹੈ ਨਾ, ਤਾਂ ਫਿਰ ਤਾਂ ਹੀ ਅਸੀਂ ਸੌਂਗਸ ਵੀ ਸ਼ੁਰੂ ਕੀਤੇ ਆ ਵੀ ਜਿਹੜਾ ਗਨ ਵਾਇਲੈਂਸ ਆ ਜੋ ਗੈਂਗ ਵਾਇਲੈਂਸ ਆ ਜੋ ਵੀ ਆ ਉਹ ਜਿਹੜੇ ਗੈਂਗਸਟਰਾਂ ਨੂੰ ਪ੍ਰਮੋਟ ਕਰਨਾ, ਉਹਨਾਂ ਨੂੰ ਛੱਡ ਕੇ ਆਪਣੇ ਆਈਡੀਅਲ ਜਿਹੜੇ ਸੰਤ ਹੋਣੀ ਆ ਜਿਵੇਂ ਸ਼ਹੀਦ ਖਾੜਕੂ ਸਿੰਘ ਆ ਉਹਨਾਂ ਨੂੰ ਪ੍ਰਮੋਟ ਕਰਨਾ ਵੀ ਉਹ ਕਾਹਦੇ ਵਾਸਤੇ ਲੜੇ ਸੀ, ਆਪਾਂ ਕੀ ਕਰ ਰਹੇ ਹਾਂ। ਅਤੇ ਉਸ ਤੋਂ ਇਲਾਵਾ ਜੂਨ ਦੇ ਵਿੱਚ ਵੀ ਆਪਾਂ ਲੰਗਰ ਕਰੀਦਾ ਡਾਊਨ ਟਾਊਨ ਸ਼ਹੀਦਾਂ ਦੇ ਨਾਂ 'ਤੇ, ਜਿਹੜਾ ਆਪਣੇ ਦਰਬਾਰ ਸਾਹਿਬ ਦੇ ਉੱਤੇ ਜੋ ਸਵੀਕ ਅਟੈਕ ਹੋਇਆ ਸੀਗਾ ਉਸ ਟਾਈਮ 'ਤੇ ਆਪਾਂ ਲੰਗਰ ਲਾਈਦਾ ਡਾਊਨ ਟਾਊਨ ਹੋਮਲੈਸ ਵਾਸਤੇ, ਉਹ ਵੀ ਨਾਲ ਦੀ ਨਾਲ ਇੱਕ ਪ੍ਰੋਗਰਾਮ ਉਹ ਪੱਕਾ ਹੀ ਹੁੰਦਾ ਆਪਣਾ। ਠੀਕ, ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆਉਂਦੇ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਸਭ ਤੋਂ ਜ਼ਰੂਰੀ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਚੰਨੀ, ਇੱਕ ਗੱਲ ਮੈਂ ਤੁਹਾਡੇ ਤੋਂ ਜਿਹੜੀ ਹੋਰ ਪੁੱਛਣੀ ਚਾਹੁੰਦਾ, ਮੇ ਵੀ ਤੁਹਾਨੂੰ ਔਕਵਰਡ ਲੱਗੇ ਥੋੜ੍ਹੀ, ਉਹ ਇਹ ਵੀ ਤੁਸੀਂ ਪੰਜਾਬੀ ਦੇ ਨਵੇਂ ਨਵੇਂ ਸ਼ਬਦ ਕੱਢਦੇ, ਤੁਸੀਂ ਟੀ ਸ਼ਰਟਾਂ ਬਣਾਉਂਦੇ ਹੋ, ਪਹਿਲਾਂ ਮੈਂ ਤੁਹਾਡੀ ਟੀ ਸ਼ਰਟਾਂ ਬਾਰੇ ਦੱਸੋ। ਮੈਂ ਇੱਕ ਤੁਹਾਡੀ ਟੀ ਸ਼ਰਟ ਦੇਖੀ, ਉਹ ਕੱਪੜਾ ਬਹੁਤ ਵਧੀਆ ਸੀ, ਮਤਲਬ ਮਟੀਰੀਅਲ ਸੀਗਾ, ਹੈ ਨਾ, ਅਤੇ ਕਿੰਨੀਆਂ ਟੀ ਸ਼ਰਟਾਂ ਹੁਣ ਤੱਕ ਤੁਸੀਂ ਕਿੰਨੇ ਕੁ ਕੱਢੇ ਹੈਗੇ ਇਹੋ ਜਿਹੀ ਚੀਜ਼ਾਂ? ਆਪਣੀ ਟੀ ਸ਼ਰਟ 3 ਆ ਚੁੱਕੀਆਂ ਨੇ, ਅਤੇ ਉਹ ਵੀਰਹੁੱਡ ਵਾਲੀ ਕੰਪਨੀ ਆ, ਪਾਰਟਨਰਸ਼ਿਪ ਕੰਪਨੀ ਆਪਣੀ, ਤਾਂ ਉਹ ਹਮੇਸ਼ਾ ਸੇਵਾ ਵਾਸਤੇ ਵੀ ਆਪਣੇ ਨਾਲ ਖੜ੍ਹਦੇ ਆ, ਉਹਨੇ ਬਹੁਤ ਸਪੋਰਟ ਕੀਤੀ ਆ, ਪਹਿਲੇ ਦਿਨ ਤੋਂ ਨਾਲ ਜੁੜੇ ਆ। ਸੋ ਉਹਨਾਂ ਦੀ ਕੰਪਨੀ ਵੱਲੋਂ ਟੀ ਸ਼ਰਟਾਂ ਰਿਲੀਜ਼ ਹੁੰਦੀਆਂ ਆਪਣੇ ਬ੍ਰਾਂਡ ਦੀਆਂ, ਅਤੇ ਉਹਨਾਂ ਵਿੱਚੋਂ 3 ਡਿਜ਼ਾਇਨ ਆਏ ਆ, ਇੱਕ ਤਾਂ ਗਣੇਚ ਆ, ਦੂਸਰੀ ਸੀਗਾ ਇੱਕ ਬਣੂ ਕਛ, ਬੜਾ ਮਸ਼ਹੂਰ ਆਪਣਾ ਹੈਗਾ, ਨਾਈਸ ਡੇ ਇਨ ਦਾ ਪਿੰਡ, ਉਹ ਬੇਬੀ ਇਹ ਜੀ ਹੈਗਾ ਜੀ, ਜਿਵੇਂ ਇੱਕ ਕਹਿ ਲਓ ਕਿ ਸਾਡਾ ਸਲੈਂਗ ਆ ਵੀ, ਜਿਵੇਂ ਜਿੱਥੇ ਵੀ ਬੰਦਾ ਰਹਿੰਦਾ ਆ ਪੰਜਾਬੀ, ਜਿੱਥੇ ਵੀ ਜਾਂਦੇ ਆ ਉਹ ਬਣ ਜਾਂਦਾ ਯਾਰ, ਉਹਨਾਂ ਦਾ ਉਹ ਹੋਮ ਬਣ ਜਾਂਦਾ, ਉਹ ਪਿੰਡ ਬਣ ਜਾਂਦਾ, ਤੇ ਜਿੱਥੇ ਵੀ ਜਾਂਦੇ ਵੀ ਨਾਈਸ ਡੇ ਹੀ ਹੁੰਦਾ, ਵੀ ਜਿਵੇਂ ਚੜ੍ਹਦੀ ਕਲਾ ਪੈਂਦਾ ਹੋਵੇ, ਚੜ੍ਹਦੀ ਕਲਾ ਜੀ ਹੁੰਦਾ, ਜਿਵੇਂ ਸਨੋ ਪੈਂਦੀ ਹੋਵੇ ਨਾਈਸ ਡੇ ਨਾ ਪਿੰਡ, ਉਹ ਬੇਬੀ, ਉਹ ਬੇਬੀ ਕੀ ਆ, ਉਹ ਬੇਬੀ ਜਿਵੇਂ ਇਹ ਵਾਲਾ ਕੈਨੇਡੀਅਨ ਆ, ਹਾਂਜੀ ਹਾਂਜੀ ਥੋੜਾ ਕੈਨੇਡੀਅਨ, ਤੇ ਗ੍ਰੈਂਚ ਬਹੁਤ ਮਸ਼ਹੂਰ ਹੋਇਆ ਸਾਡਾ। ਹਾਂਜੀ ਹਾਂਜੀ। ਅੱਛਾ, ਟੀ ਸ਼ਰਟਾਂ ਜਿਹੜੀਆਂ ਇਹ ਫਿਰ ਇਹਨਾਂ ਤੋਂ ਪੈਸੇ ਇਕੱਠੇ ਹੁੰਦੇ ਆ, ਉਹ ਜੇਬਾਂ 'ਚ, ਉਹ ਸਾਰੀ ਜਿਹੜੀ ਆਪਾਂ ਔਨਲਾਈਨ ਵੀ ਜਿੱਥੇ ਵੈਬਸਾਈਟ ਸੈਟਅਪ ਆ ਉਹਦੀ 100% ਪ੍ਰੋਫਿਟ ਸੇਵਾ ਪ੍ਰੋਜੈਕਟਸ ਵਾਸਤੇ ਜਾਂਦੀ ਆ, ਇਹਨਾਂ ਪ੍ਰੋਜੈਕਟ ਦੇ ਵਿੱਚ ਜਿਵੇਂ ਜਾਂ ਗੀਤਾਂ 'ਚ ਜਾਂ ਫੂਡ ਡਰਾਈਵ 'ਚ ਜਾਂ ਜਿਹੜਾ ਲੰਗਰ ਲਾਉਂਦੇ ਹੁੰਦੇ ਆ ਉਹ ਸਾਰੇ ਪੈਸਾ ਆਟੋਮੈਟਿਕ। ਤੁਸੀਂ ਜਿਹੜਾ ਰੋਸ ਗੀਤ ਕੱਢਿਆ ਕਿੰਨਾ ਖਰਚਾ ਆ ਗਿਆ? ਸਾਨੂੰ ਪਹਿਲੀ ਵਾਰੀ ਇਹ ਹੋਇਆ ਸੀ, ਇਹੋ ਜਿਹਾ ਐਕਸਪੀਰੀਅੰਸ ਵੀ ਅਸੀਂ ਕਦੇ ਵੱਡੇ ਲੈਵਲ 'ਤੇ ਵੀਡੀਓ ਕਦੇ ਕੀਤੀ ਨਹੀਂ, ਨਾ ਇਹੋ ਜਿਹਾ ਪ੍ਰੋਜੈਕਟ ਵੱਡੇ ਲੈਵਲ 'ਤੇ ਕੀਤਾ ਸੀ ਕਦੇ ਮੇਨ ਸਟ੍ਰੀਮ। ਖਰਚਾ ਕਾਫੀ ਆ ਜਾਂਦਾ ਸਾਨੂੰ ਰੂਸ ਵਾਲੇ ਗੀਤ 'ਤੇ ਆਲਮੋਸਟ $7,000 ਲੱਗ ਗਿਆ ਸੀ। ਅੱਛਾ, ਯਾ ਤੇ ਉਹ ਮੁੰਡਾ ਜਿਹੜਾ ਜਿਹਨੇ ਗਾਇਆ ਗੀਤ, ਉਹ ਪਹਿਲਾਂ ਵੀ ਗੀਤ ਗਾਏ ਉਹਨੇ ਕੋਈ? ਉਹ ਬਨੀ ਵੀਰੇ ਦਾ ਪਹਿਲਾ ਗੀਤ ਆ, ਪਹਿਲਾ ਰਿਕਾਰਡਡ ਗੀਤ, ਪਹਿਲਾ ਰਿਕਾਰਡਡ ਗੀਤ ਆ, ਤੇ 1 ਮਿਲੀਅਨ ਦੇ ਕਰੀਬ ਉਹਦੇ ਵਿਊ, ਤੇ ਉਹ ਟ੍ਰੈਂਡਿੰਗ ਦੇ ਵਿੱਚ ਸੀ, ਵਰਲਡ ਟ੍ਰੈਂਡਿੰਗ ਦੇ ਵਿੱਚ। ਹਾਂਜੀ ਹਾਂਜੀ, ਇਹ ਕੀ ਸੋਚਦੇ ਉਹਦੀ ਆਵਾਜ਼ ਕਰਕੇ ਸੀ ਜਾਂ ਗੀਤ ਦੇ ਕਨਸੈਪਟ ਕਰਕੇ ਸੀ?
ਆਈ ਥਿੰਕ ਕੋਨਸੈਪਟ ਕਰਕੇ ਇੱਕੋ ਚੀਜ਼ ਬਹੁਤ ਅਲੱਗ ਸੀ ਆਪਣੇ, ਜੇ ਆਪਾਂ ਕਹੀਏ ਕਿ ਸੰਘਰਸ਼ ਦੇ ਉੱਤੇ ਜਾਂ ਆਪਣੇ ਖੜਕੂ ਦੌਰ ਉੱਤੇ ਸ਼ਹੀਦਾਂ ਦੇ ਨਾਂ 'ਤੇ ਬਹੁਤ ਘੱਟ ਗੀਤ ਤੁਹਾਨੂੰ ਮਿਲਦੇ ਆ, ਅਤੇ ਉਹ ਚੀਜ਼ ਰੇਅਰ ਆ। ਜਿਵੇਂ ਪਿਛਲੇ ਸਮੇਂ ਦੌਰ ਚੱਲਿਆ ਸੀਗਾ, ਹਜੇ ਵੀ ਹੈਗੇ ਨੇ ਉਹ ਜਾਗੋ ਵਾਲਿਆਂ ਦਾ, ਆਪਾਂ ਬਹੁਤ ਗੀਤ ਸੁਣੇ ਉਹਨਾਂ ਦੇ, ਮੇਵੇਂ ਜਾਗੋ ਆਈ ਆ, ਸ਼ੇਰਾਂ ਦੇ ਡੇਰਿਆਂ 'ਤੇ, AK-47 ਵਾਲੇ, ਉਹ ਗੀਤ ਪੰਜਾਬ ਦਾ ਯੂਥ ਹਜੇ ਵੀ ਬਹੁਤ ਜ਼ਿਆਦਾ ਪਿਆਰ ਦੇ ਰਹੀ ਆ, ਹੈ ਨਾ। ਅਤੇ ਉਹ ਚੀਜ਼ ਇਹ ਆ ਕਿ ਉਹਨਾਂ ਦੇ ਸਮੇਂ ਤੋਂ ਬਾਅਦ ਵੀ ਉਹ ਚੀਜ਼ ਕਿਸ ਨੂੰ, ਆਪਾਂ ਨੂੰ ਯੂਥ ਦਾ ਥੋੜ੍ਹਾ ਫਰਜ਼ ਬਣਦਾ ਵੀ ਆਪਾਂ ਉਹ ਆਪਾਂ ਨੂੰ ਡਾਇਨ ਨਹੀਂ ਕਰਨੀ ਚਾਹੀਦੀ, ਸਗੋਂ ਪ੍ਰਮੋਟ ਕਰਨੀ ਚਾਹੀਦੀ ਹੈ ਨਾ। ਬੀਂਗ ਅ ਕੈਨੇਡੀਅਨ ਕਿਡ, ਹੈ ਨਾ, ਤੁਸੀਂ ਇੱਥੋਂ ਦੇ ਜੰਮਪਲ ਬੱਚੇ ਹੋ, ਤੁਹਾਨੂੰ ਜਿਹੜੀਆਂ ਨਿਤ ਨਿਊਜ਼ ਆਉਂਦੀਆਂ ਨੇ ਧਰਮ ਦੇ ਵਿੱਚ, ਆਹ ਹੋ ਰਿਹਾ ਆਹ ਹੋ ਰਿਹਾ, ਕੰਟਰੋਵਰਸੀਆਂ ਹੋ ਰਹੀਆਂ ਨੇ, ਤੁਹਾਨੂੰ ਬੋਦਰ ਕਰਦੀਆਂ? ਸਮ ਵਾਟ ਹੁੰਦਾ ਤਾਂ ਹੈਗਾ ਵੀ ਪੰਥ ਵਿੱਚ ਜੇ ਏਕਤਾ ਨਹੀਂ, ਜਿਵੇਂ ਕਹੀਦਾ ਆਪਾਂ ਵੀ ਇਕੱਠੇ ਨਹੀਂ ਹੁੰਦੇ, ਲੜਾਈਆਂ ਹੀ ਹੁੰਦੀਆਂ ਰਹਿੰਦੀਆਂ, ਕੰਟਰੋਵਰਸੀਆਂ ਚੱਲਦੀਆਂ ਰਹਿੰਦੀਆਂ, ਪਰ ਉਸ ਹਿਸਾਬ ਨਾਲ ਜੇ ਆਪਾਂ ਬੰਦਾ ਤੋਰੀ ਰਹੇ ਤਾਂ ਬੰਦਾ ਡਿਪਰੈਸ਼ਨ ਚੱਲ ਜੂ, ਫੜ ਕੇ ਖਬਰਾਂ ਰਹੇ। ਆਪਾਂ ਨੂੰ ਲੋੜ ਹੈ ਕਿ ਆਪਣੇ ਤੌਰ 'ਤੇ ਆਪਣਾ ਕਰ ਕੰਮ ਆ ਜੋ ਫਰਜ਼ ਆ ਨਿਭਾਈ ਜਾਈਏ, ਤਾਂ ਬਾਕੀ ਜੋ ਮਹਾਰਾਜ ਦੇ ਹੱਥ ਪਾਸ ਰਹੇ। ਸੋ ਹੁਣ ਜਿਹੜੀ ਫੂਡ ਡਰਾਈਵ ਤੁਹਾਡੀ ਹੋਣ ਜਾ ਰਹੀ ਆ, ਤੁਸੀਂ ਦੱਸਿਆ ਕਿ ਕੱਲ੍ਹ ਨੂੰ ਬਾਹਰ ਖੜੇ ਹੋਣਗੇ ਤੇ ਉਹਨਾਂ ਨੇ ਉੱਥੋਂ ਹੈਂਡਲ ਕਰ ਲੈਣਾ, ਜਿਵੇਂ ਵੀ ਉੱਥੋਂ ਫੂਡ ਤੁਸੀਂ ਆਪੇ, ਫਿਰ ਤੁਸੀਂ ਪੈਕ ਕਰਕੇ ਅੱਗੇ ਲੱਗੇ ਜਾਂਦੇ ਹੋ? ਉੱਥੇ ਪੈਕੇਜਿੰਗ ਤੇ ਬਾਕਸਿੰਗ ਹੋ ਜਾਣੀ। ਹਾਂਜੀ, ਅੱਛਾ। ਤੇ ਇਹਦੇ ਨਾਲ ਨਾਲ ਜਿਹੜੇ ਸਟੇਜ ਤੋਂ ਪ੍ਰੋਗਰਾਮ ਹੋਣੇ ਆ, ਕਿਉਂਕਿ ਪਿਛਲੇ ਸਾਲ ਪਹਿਲਾ ਪ੍ਰੋਗਰਾਮ ਸੀ ਤੁਹਾਡਾ ਤਾਂ ਵੀ ਹਾਲ ਕਾਫੀ ਫੁੱਲ ਸੀਗਾ, ਤੇ ਇਸ ਸਾਲ ਲੋਕਾਂ ਨੂੰ ਜ਼ਿਆਦਾ ਅਵੇਅਰਨੈਸ ਆ, ਤੁਹਾਡੇ ਵੱਡੇ ਬਿਲਬੋਰਡ ਚੱਲ ਰਹੇ ਆ, ਜਿਹੜੇ ਇਲੈਕਟ੍ਰੋਨਿਕ ਬਿਲਬੋਰਡ ਨੇ ਸਰੀ ਦੇ ਵਿੱਚ, ਸਾਰੇ ਪਾਸੇ ਇਸ ਗੱਲ ਦੀ ਕਾਫੀ ਚਰਚਾ। ਸੋ ਜੇ ਕੋਈ ਬੰਦਾ ਬਾਹਰੋਂ ਦੂਰੋਂ ਹੋਰ ਕੰਟਰੀਆਂ 'ਚ, ਸਾਨੂੰ 100 ਮੁਲਕਾਂ 'ਚ ਬੈਠੇ ਲੋਕ ਦੇਖ ਰਹੇ ਆ, ਤੁਹਾਡੀ ਇਸ ਫੂਡ ਡਰਾਈਵ 'ਚ ਹਿੱਸਾ ਪਾਉਣਾ ਚਾਹੁੰਦਾ, ਫਿਰ ਉਹ ਫੂਡ ਮਤਲਬ ਇੰਗਲੈਂਡ ਤੋਂ ਲੈ ਕੇ ਆਵੇ? ਨਹੀਂ, ਕਈ ਵਾਰੀ ਹੁੰਦਾ ਵੀ ਸਾਨੂੰ ਮੈਸੇਜ ਆਉਂਦੇ ਆ ਵੀ ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਵੀ ਅਸੀਂ ਇਹ 'ਚ ਹਿੱਸਾ ਪਾਉਣਾ, ਵੀ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ, ਤਾਂ ਉਹ ਕੀ ਕਰਦੇ ਆ, ਉਹ ਆਪਦੀ ਡੋਨੇਸ਼ਨ ਈਮੇਲ ਕਰ ਦਿੰਦੇ ਆ। ਅੱਛਾ, ਅਤੇ ਅਸੀਂ ਉਹਦਾ ਸਾਰਾ ਰਜਿਸਟਰਡ ਆ ਵੀ ਕਿ ਉਹਦੇ ਨਾਂ 'ਤੇ ਹੀ ਆ, ਸੰਤ ਜਨਾ ਸਿੰਘ ਫੂਡ ਡਰਾਈਵ ਦੇ, ਉਹ 'ਤੇ ਈਮੇਲ ਕਰਕੇ ਅਸੀਂ ਫਿਰ ਉਹਨਾਂ ਦੇ ਡੋਨੇਸ਼ਨ ਦੇ ਨਾਲ ਫੂਡ ਲੈ ਕੇ ਡੋਨੇਟ ਕਰ ਦਿੰਦੇ ਹਾਂ। ਹਾਂਜੀ, ਤੁਹਾਨੂੰ ਲੱਗਦਾ ਫਿਊਚਰ ਦੇ ਵਿੱਚ ਇਹ ਚੀਜ਼ ਹੋਰ ਕੰਟਰੀਆਂ 'ਚ, ਹੋਰ ਸ਼ਹਿਰਾਂ 'ਚ ਵੀ ਚੱਲ ਪਊਗੀ? ਕੈਲੀਫੋਰਨੀਆ ਦੇ ਵਿੱਚ ਇਸ ਸਾਲ ਇਹ ਚੱਲ ਰਹੀ ਆ। ਅੱਛਾ, ਉੱਥੋਂ ਦੇ ਜਿਹੜੇ ਅਸੀਂ ਪਿਛਲੇ ਮਹੀਨੇ ਜਾ ਕੇ ਆਏ ਸੀ ਕੈਲੀਫੋਰਨੀਆ, ਉੱਥੇ ਜਦੋਂ ਅਸੀਂ ਯੂਥ ਨੂੰ ਦੱਸਿਆ, ਉਹ ਕਹਿੰਦੇ ਵੀ ਅਸੀਂ ਵੀ ਇਸ ਸਾਲ ਸ਼ੁਰੂ ਕਰਾਂਗੇ, ਵੀ ਜਿੰਨਾ ਕੁ ਸਾਡੇ ਤੋਂ ਹੋ, ਤਾਂ ਅਸੀਂ ਉਹਨਾਂ ਨੂੰ ਪੋਸਟਰ ਸਾਰੇ ਭੇਜ ਕੇ, ਅਤੇ ਉਹਨਾਂ ਨੇ ਆਪਦਾ ਜਿੰਨਾ ਕੁ ਵੀ ਉਹਨਾਂ ਤੋਂ ਹੋ ਸਕਦਾ ਹੈ ਉਹਨਾਂ ਨੇ ਉੱਥੇ ਕਰਨਾ ਹੈ, ਕਰਨਗੇ। ਇਹ ਤਾਂ ਬਹੁਤ ਵਧੀਆ ਗੱਲ ਆ, ਕਿਉਂਕਿ ਅੱਗੇ ਸ਼ਾਇਦ ਇੱਥੋਂ ਹੀ ਸ਼ੁਰੂ ਹੋਇਆ ਸੀਗਾ ਜਿਹੜਾ ਬਲੱਡ ਡੋਨੇਸ਼ਨ ਦਾ ਸੀਗਾ 84 ਦੇ ਨਵੰਬਰ 84 ਦੇ ਲਈ, ਅਤੇ ਉਹ ਵਰਲਡ ਵਾਈਡ ਹੁਣ ਇੱਕ ਮੁਹਿੰਮ ਬਣ ਚੁੱਕੀ ਹੈ। ਅਤੇ ਇਸੇ ਤਰ੍ਹਾਂ ਜੇ ਫੂਡ ਦੀ ਜਾਂ ਟੋਏ ਡਰਾਈਵ ਆ ਜਿਹੜੀ, ਇਹ ਵੀ ਦੁਨੀਆ ਭਰ ਦੇ ਵਿੱਚ ਸੰਤ ਜਰਨੈਲ ਸਿੰਘ ਦੇ ਨਾਂ 'ਤੇ ਚੱਲਦੀ ਆ, ਤਾਂ ਇਹ ਤੁਹਾਡੇ ਲਈ ਵੀ ਮਾਣ ਵਾਲੀ ਗੱਲ ਆ ਅਤੇ ਪੂਰੀ ਕਮਿਊਨਿਟੀ ਲਈ ਵੀ ਮਾਣ ਵਾਲੀ ਗੱਲ। ਸੋ ਹੁਣ ਜਿਹੜਾ ਹੁਣ ਪ੍ਰੋਗਰਾਮ ਹੋਇਆ ਉਹਦੇ ਬਾਰੇ ਜੇ ਹੋਰ ਕੁਛ ਦੱਸਣਾ ਚਾਹੁੰਦੇ ਉਹ ਦੱਸੋ, ਹੁਣ ਵੀ ਕਿਹੜੀਆਂ ਚੀਜ਼ਾਂ ਲੈ ਕੇ ਆਉਣ, ਅਤੇ ਟਾਈਮ ਕੀ ਆ, ਕਿਹਨੇ ਕੋਈ ਬਿਗ ਨੇਮ ਸਿੰਗਰ ਵੀ ਆ ਰਹੇ? ਸਿੰਗਰ ਇੱਕ ਤਾਂ ਜੀ ਆਪਣੇ ਬਨੀ ਗਿੱਲ, ਆਪਣਾ ਜਿਹੜਾ ਕਰਦਾ ਹੀ ਸਿੰਗਰ ਕਰਦਾ ਹੀ ਆ, ਤੇ ਕੇਐਸ ਮੱਖਣ ਹੋਗੇ, ਠੀਕ ਹੈ, ਜਸਵਿੰਦਰ ਦਗਾਮੀਆਂ, ਅੱਛਾ, ਆਰਐਸ ਚੌਹਾਨ, ਸਰਬਜੀਤ ਮਲਪੁਰੀ, ਲੋਕਲ ਮੁੰਡੇ ਸਾਰੇ, ਡੀਐਸਪੀ ਗੋਪੀ ਸੰਧੂ, ਕਾਫੀ ਹੋਰ ਕਲਾਕਾਰ, ਠੀਕ ਹੈ, ਯਾ ਤੇ ਟਾਡੀ ਕਵਿਸ਼ਰੀ, ਅੱਛਾ, ਉਹ ਹੀ ਹੋਣਾ, ਹਾਂਜੀ, ਠੀਕ ਹੈ। ਤੇ ਫੂਡ ਦਾ ਕੀ, ਉਹ ਖਾਣ ਪੀਣ ਦਾ ਜਗਾੜ ਵੀ ਹੋਊਗਾ? ਯਾ ਲੰਗਰ ਪਾਣੀ ਦਾ ਉਹਨਾਂ ਦੇ ਪ੍ਰਬੰਧ ਕਰ ਦੇਣਾ ਬਾਲੀਵੁੱਡ ਹਾਲ ਵਾਲਿਆਂ ਨੇ, ਅੱਛਾ, ਉਹ ਕਰਨਾ, ਉਹ ਵਿੱਚ ਹੀ, ਹਾਂਜੀ, ਠੀਕ ਹੈ, ਯਾ ਆਪਦੇ ਵੱਲੋਂ ਸੇਵਾ ਕਰਨਾ। ਤੇ ਹੋਰ ਦੁਬਾਰਾ ਇੱਕ ਵਾਰੀ ਦੱਸ ਦਿਓ ਕਿਹੜੀਆਂ ਚੀਜ਼ਾਂ ਤੁਸੀਂ ਚਾਹੁੰਦੇ ਹੋ ਵੀ ਲਿਆਉਣ, ਤੇ ਕਿਹੜੀਆਂ ਚੀਜ਼ਾਂ ਬਿਲਕੁਲ ਨਾ ਲਿਆਉਣ? ਠੀਕ ਹੈ, ਉਹ ਹੈਗਾ ਵੀ ਜਿਹੜੇ ਐਕਸਪਾਇਰ ਹੋਣ ਵਾਲੀ ਕੋਈ ਚੀਜ਼ ਨਾ ਹੋਵੇ, ਕੈਂਡ ਦੇ ਵਿੱਚ ਹੋਵੇ, ਜਿਵੇਂ ਬੀਨਸ, ਪਾਸਟਾ, ਸੁੱਕਾ ਖਾਣਾ ਹੋਇਆ ਜਿਹੜਾ, ਹੈ ਨਾ, ਤੇ ਵੈਜੀਟੇਰੀਅਨ ਪ੍ਰੈਫਰ ਕਰਦੇ ਹੋ? ਵੈਜੀਟੇਰੀਅਨ ਹੋਵੇ ਵਧੀਆ, ਠੀਕ, ਪ੍ਰੈਫਰ ਇਹੀ ਕਰਦੇ ਹਾਂ ਜੀ, ਪਰ ਹਾਂਜੀ। ਤੇ ਹੋਰ ਕਿਹੜੀਆਂ ਚੀਜ਼ਾਂ, ਜਿਹੜੀਆਂ ਚੀਜ਼ ਤੁਸੀਂ ਚਾਹੁੰਦੇ ਵੀ ਆਹ ਨਾ ਦਿਓ? ਧੰਨਵਾਦ ਕਰਨਾ ਚਾਹੁੰਦੇ ਹਾਂ ਪ੍ਰਾਈਮ ਏਸ਼ੀਆ ਵਾਲੇ ਸਾਰੀ ਟੀਮ ਦਾ, ਜਿਹਨੇ ਸਾਨੂੰ ਇੱਥੇ ਸੱਦਿਆ ਤੇ ਮੌਕਾ ਦਿੱਤਾ ਆਪਣੇ ਵਿਚਾਰ ਰੱਖਣ ਦਾ, ਐਂਡ ਜਿਹੜੇ ਸਾਨੂੰ ਸਾਰੇ ਦੇਖਦੇ ਪਿਆਰ ਕਰਦੇ ਉਹਨਾਂ ਨੂੰ ਵੀ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹੁੰਦੇ ਅੱਜ ਤੱਕ ਜਿਹਨਾਂ ਨੇ ਸਪੋਰਟ ਸਾਥ ਦਿੱਤਾ, ਅਤੇ ਸਾਰਿਆਂ ਨੇ ਪਹੁੰਚਿਓ ਜ਼ਰੂਰ ਡਿਸੰਬਰ 10 ਨੂੰ। ਹਾਂਜੀ,
ਸਾਡਾ ਸਾਰਿਆਂ ਨੂੰ ਹੀ ਸੱਦਾ ਆਇਆ ਜੀ, ਐਂ ਅਸੀਂ ਕੋਈ ਕਰਦੇ ਨਹੀਂ ਵੀ ਇਕੱਲੇ ਸਿਆਣੇ ਬੱਚੇ ਹੀ ਆਉਣ ਫੂਡ ਡਰਾਈਵ 'ਤੇ। ਅਸੀਂ ਪਿਛਲੇ ਸਾਲ ਵੀ ਇੱਦਾਂ ਹੀ ਸੀ ਵੀ ਜਿੰਨੇ ਵੀ ਸਾਨੂੰ ਜਾਣਦੇ ਆ ਸਾਰੇ ਸਾਡੇ ਫਰੈਂਡ ਸਰਕਲ ਸਾਰੇ ਸਾਰੇ ਤਰ੍ਹਾਂ ਦੇ ਫਰੈਂਡ ਹੈਗੇ ਆ ਸਾਡੇ, ਉਹਨਾਂ ਨੇ ਸਾਰਿਆਂ ਨੇ ਆਪਦਾ ਆਪਦਾ ਜਿਵੇਂ ਵੀ ਉਹ ਹਿੱਸਾ ਪਾਉਂਦੇ ਆ, ਸੋ ਸਾਰੇ ਜਾਣੇ ਜਿੰਨੇ ਜਿਹੜੇ ਵੀ ਪਹੁੰਚ ਸਕਦੇ ਆ ਜ਼ਰੂਰ ਪਹੁੰਚੋ ਜੀ ਸਾਰਿਆਂ ਨੂੰ ਸੱਦਾ। ਤੁਸੀਂ ਸਾਡੇ ਸਟੂਡੀਓ 'ਚ ਆਏ, ਆਪਣਾ ਮੈਸੇਜ ਦਿੱਤਾ ਅਤੇ ਇੱਕ ਵਧੀਆ ਕੰਮ ਕਰਦੇ ਹਾਂ। ਜਦੋਂ ਅਸੀਂ ਦੇਖਦੇ ਹਾਂ ਕਿ ਨੌਜਵਾਨ ਚੰਗੇ ਕੰਮ ਕਰਦੇ ਆ, ਸਾਡਾ ਚੈਨਲ ਅਸੀਂ ਵੀ ਐਪਰੀਸ਼ੀਏਟ ਕਰਦੇ ਹਾਂ ਅਤੇ ਲੋਕ ਵੀ ਐਪਰੀਸ਼ੀਏਟ ਕਰਦੇ ਆ ਇਸ ਗੱਲ ਨੂੰ, ਅਤੇ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਗੇ ਤੋਂ ਵੀ ਇਹ ਚੈਨਲ ਤੁਹਾਡਾ ਆਪਣਾ, ਜਦੋਂ ਮਰਜ਼ੀ ਆ ਕੇ ਤੁਸੀਂ ਆਪਣਾ ਮੈਸੇਜ ਦੇ ਸਕਦੇ ਹੋ। ਸੋ ਇੱਥੇ ਆਉਣ 'ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਮੈਸੇਜ ਆਪ ਜੀ ਨੇ ਸੁਣ ਲਿਆ ਜੀ। ਇਸ ਫੂਡ ਡਰਾਈਵ ਨੂੰ ਜਿੰਨਾ ਵੀ ਅਸੀਂ ਹੁੰਗਾਰਾ ਦੇ ਸਕਦੇ ਹਾਂ ਉਹ ਜ਼ਰੂਰ ਦਈਏ, ਅਤੇ ਇਹੋ ਜਿਹੇ ਕੰਮਾਂ ਨੂੰ ਜਦੋਂ ਸਾਡੀ ਨੌਜਵਾਨ ਪੀੜ੍ਹੀ ਕਰਦੀ ਆ, ਸਾਨੂੰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਅਤੇ ਸ਼ੁਭ ਕਾਰਜ ਦੇ ਵਿੱਚ ਆਪਣਾ ਦਸਵੰਧ ਜਿਹੜਾ ਹੈਗਾ ਉਹ ਵੀ ਪਾਉਣਾ ਚਾਹੀਦਾ। ਸੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਕੋਈ ਛੋਟੇ ਤੋਂ ਛੋਟਾ ਤੁਹਾਡਾ ਕੀਤਾ ਹੋਇਆ ਦਾਨ ਆ ਉਹ ਸਹੀ ਥਾਂ 'ਤੇ ਪਹੁੰਚਣਾ, ਇਹ ਕਿਉਂਕਿ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਇੱਕ ਗੱਲ ਹੈਗੀ ਆ ਕਿ ਆਪਣੀ ਜੇਬ ਦੇ ਵਿੱਚੋਂ ਖਰਚ ਲੈਣਗੇ ਅਤੇ ਤੁਹਾਡੇ ਦਿੱਤੇ ਹੋਏ ਕਿਸੇ ਤਰ੍ਹਾਂ ਦੇ ਦਾਨ ਨੂੰ ਮਿਸਯੂਜ ਨਹੀਂ ਕਰਨਗੇ। ਅਤੇ ਜਿਹੜੇ ਸੇਵਾ ਪ੍ਰੋਜੈਕਟ ਕਰਦੇ ਆ, ਇਹ ਬਾਕੀ ਦੇ ਵੀ ਪ੍ਰੋਜੈਕਟ ਜਿਹੜੇ ਹੁੰਦੇ ਆ ਉਹਨਾਂ 'ਚ ਵੀ ਜੇ ਕੋਈ ਪੈਸਾ ਆਉਂਦਾ ਤਾਂ ਸੇਵਾ ਪ੍ਰੋਜੈਕਟ ਦੇ ਵਿੱਚ ਪਾਉਂਦੇ ਆ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਪ ਜੀ ਨਾਲ ਸਾਂਝ ਪਾਵਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।